ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਅਸੀਂ ਆਪਣੇ ਗਤੀ ਜਿਹੜਾ ਸਾਡਾ ਟੌਪਿਕ ਚੱਲ ਰਿਹਾ ਸੀਗਾ ਉਹਦਾ ਲਾਸਟ ਪਾਰਟ, ਇਹਦੇ 'ਚ ਅਸੀਂ ਜਿਵੇਂ ਕਿ ETT ਦੇ ਪੇਪਰ 'ਚ ਸਵਾਲ ਆਉਂਦੇ ਆ ਅਸੀਂ ਉਹਨਾਂ ਸਵਾਲਾਂ ਨੂੰ ਵੀ ਹੱਲ ਕਰਾਂਗੇ। ਸਾਰੇ ਓਬਜੈਕਟਿਵ ਟਾਈਪ ਕੁਸ਼ਚਨ ਜਿਹੜੇ ਆ MCQs ਜਿਹੜੇ ਆ ਜੀ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਪੇਪਰ ਕਿਸ ਲੈਵਲ ਦਾ ਹੋ ਸਕਦਾ ਹੈ, ਕਿਸ ਤਰੀਕੇ ਦੇ ਪੇਪਰ 'ਚ ਸਵਾਲ ਆ ਸਕਦੇ ਆ ਅਤੇ ETT ਦਾ ਰਿਕਰੂਟਮੈਂਟ ਬੋਰਡ ਆ ਜਿਹੜਾ ਉਹ ਕਿਸ ਤਰੀਕੇ ਦੇ ਪੇਪਰ 'ਚ ਸਵਾਲ ਪੁੱਛਦਾ ਹੈ। ਸੋ ਅਸੀਂ ਅੱਜ ਪਹਿਲਾਂ ਆਪਣੇ ਚੈਪਟਰ ਨੂੰ ਆਪਣੇ ਟੌਪਿਕ ਨੂੰ ਕੰਪਲੀਟ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਠੀਕ ਹੈ ਜੀ। ਸੋ ਸਮਾਂ ਖਰਾਬ ਕਰੇ ਬਿਨਾਂ ਅਸੀਂ ਚੱਲਦੇ ਹਾਂ ਜੀ। ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਹੁਣ ਤੱਕ ਕੀ ਪਤਾ ਕੀਤਾ ਸੀਗਾ। ਅਸੀਂ ਇਹ ਪਤਾ ਕੀਤਾ ਸੀਗਾ ਕਿ ਚਾਲ ਬਰਾਬਰ ਹੈ ਦੂਰੀ ਵਟੇ ਸਮਾਂ ਅਤੇ ਵੇਗ ਬਰਾਬਰ ਹੈ ਵਿਸਥਾਪਨ ਵਟੇ ਸਮਾਂ, ਠੀਕ ਆ। ਇਹ ਇੱਕ ਅਦਿਸ਼ ਅਤੇ ਉਹ ਇੱਕ ਸਦਿਸ਼ਾ, ਇਹ ਇੱਕ ਅਦਿਸ਼ਾ ਹੈ ਉਹ ਇੱਕ ਸਦਿਸ਼ਾ ਹੈ, ਮਤਲਬ ਇਹ ਇੱਕ ਸਕੇਲਰ ਕੁਆਂਟਿਟੀ ਆ ਉਹ ਇੱਕ ਵੈਕਟਰ ਕੁਆਂਟਿਟੀ ਹੈ। ਫਿਰ ਅਸੀਂ ਇਹ ਵੀ ਪੜ੍ਹਿਆ ਸੀਗਾ ਕਿ ਐਕਸਲਰੇਸ਼ਨ ਹੁੰਦੀ ਆ ਜਿਹੜੀ ਉਹ ਬੇਸਿਕਲੀ ਚੇਂਜ ਇਨ ਵਿਲੋਸਿਟੀ, ਪਤਾ ਨਾ ਇਹ ਗੱਲ, ਮਤਲਬ ਕਿ ਵੇਗ ਵਿੱਚ ਪਰਿਵਰਤਨ। ਮੰਨ ਲਓ ਪਹਿਲਾਂ ਤੁਹਾਡਾ ਵੇਗ U ਆ ਅਤੇ ਬਾਅਦ ਵਿੱਚ ਬਾਅਦ ਵਾਲੀ ਸਥਿਤੀ 'ਚ ਤੁਹਾਡੀ ਜਿਹੜੀ ਸਪੀਡ ਆ ਉਹ ਵੱਧ ਕੇ ਤੇਜ਼ ਹੋ ਗਈ। ਤੁਸੀਂ ਕਹੋਗੇ ਕਿ ਪੇਪਰਾਂ ਕਿਤਾਬਾਂ ਦੇ ਵਿੱਚ ਤਾਂ ਇਹਨਾਂ ਦੇ ਉੱਪਰ ਆਹ ਚੀਜ਼ਾਂ ਨਹੀਂ ਪਾਈਆਂ ਹੁੰਦੀਆਂ, ਕਿਉਂਕਿ ਜਦੋਂ ਅਸੀਂ ਸਿੱਧੀ ਲਾਈਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਸ ਗਤੀ ਦੀ ਗੱਲ ਕਰਦੇ ਹਾਂ ਤਾਂ ਇਸ ਗਤੀ 'ਚ ਚਾਲ ਅਤੇ ਵੇਗ ਇੱਕੋ ਹੀ ਚੀਜ਼ ਹੋ ਜਾਂਦੀ ਆ, ਉਹਦੇ 'ਚ ਕੋਈ ਬਹੁਤਾ ਫਰਕ ਪੈਂਦਾ ਵੀ ਨਹੀਂ, ਠੀਕ ਆ ਜੀ। ਸੋ ਜ਼ਿਆਦਾਤਰ ਫਿਰ ਇਹਨੂੰ ਲਿਖ ਕਿਵੇਂ ਲਿਆ ਜਾਂਦਾ ਹੈ, ਲਿਖਿਆ ਫਿਰ ਇਹਨੂੰ ਐਵੇਂ ਜਾਂਦਾ ਹੈ ਬਿਨਾਂ ਉਹਦੇ ਤੋਂ ਹੀ, ਏ ਬਰਾਬਰ ਹੈ ਵੀ ਮਾਈਨਸ ਯੂ ਬਟੇ ਟੀ, ਠੀਕ ਆ। ਇਹ ਅਸੀਂ ਪੜ੍ਹਿਆ ਸੀ। ਫਿਰ ਅਸੀਂ ਇਹ ਵੀ ਪਤਾ ਕੀਤਾ ਸੀਗਾ ਕਿ ਤੁਸੀਂ ਕਿੰਨੀ ਦੂਰੀ ਤੈਅ ਕਰਦੇ ਹੋ ਉਹਨੂੰ ਕੱਢਣ ਦਾ ਫਾਰਮੂਲਾ ਹੈ UT ਪਲੱਸ ਹਾਫ AT ਸਕੇਅਰ ਜਾਂ ਵੀ ਸਕੇਅਰ ਮਾਈਨਸ ਯੂ ਸਕੇਅਰ ਇਜ਼ ਇਕੁਅਲ ਟੂ 2AS ਅਤੇ ਜਾਂ ਵੀ ਇਜ਼ ਇਕੁਅਲ ਟੂ ਯੂ ਪਲੱਸ AT। ਤੁਸੀਂ ਜ਼ਰੂਰਤ ਦੇ ਮੁਤਾਬਕ ਆ ਤਿੰਨੇ ਫਾਰਮੂਲੇ ਜਿਹੜੇ ਆ ਜੀ ਉਹਨੂੰ ਤੁਸੀਂ ਵਰਤ ਸਕਦੇ ਹੋ ਆਪਣੇ ਸਵਾਲਾਂ 'ਚ, ਠੀਕ ਆ। ਅਤੇ ਤੁਹਾਨੂੰ ਪੇਪਰ 'ਚ ਕਿਹੋ ਜਿਹੇ ਸਵਾਲ ਆ ਸਕਦੇ ਆ ਅਤੇ ਕਿਹੜਾ ਫਾਰਮੂਲਾ ਲਾਉਣਾ ਹੈ ਇਹ ਆਪਾਂ ਨੂੰ ਹੌਲੀ ਹੌਲੀ ਫਿਰ ਪਤਾ ਲੱਗਦਾ ਹੈ ਕਿ ਅਸੀਂ ਇਹਨਾਂ 'ਚੋਂ ਕਿਹੜਾ ਫਾਰਮੂਲਾ ਲਾ ਕੇ ਇਹ ਸਵਾਲ ਜਿਹੜਾ ਜੀ ਉਹ ਹੱਲ ਕਰਨਾ ਜਿਹੜਾ ਤੁਹਾਨੂੰ ਪੇਪਰ 'ਚ ਦਿੱਤਾ ਹੋਊਗਾ। ਲਓ ਜੀ ਉਹਦੇ ਵਾਸਤੇ ਅਸੀਂ ਇੱਕ ਸਵਾਲ ਲਿਖਦੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿਵੇਂ ਹੱਲ ਕਰਨੇ ਆ ਜੀ ਇਹ ਸਵਾਲ। ਲਿਖੋ ਜੀ ਇੱਕ ਰੇਲ ਗੱਡੀ, ਸਵਾਲ ਲਿਖੋ ਇੱਕ ਰੇਲ ਗੱਡੀ ਵਿਰਾਮ ਅਵਸਥਾ ਤੋਂ ਚੱਲਣਾ ਸ਼ੁਰੂ ਕਰਦੀ ਹੈ ਇੱਕ ਰੇਲ ਗੱਡੀ ਵਿਰਾਮ ਅਵਸਥਾ ਤੋਂ ਚੱਲਣਾ ਸ਼ੁਰੂ ਕਰਦੀ ਹੈ ਅਤੇ 5 ਮਿੰਟ ਵਿੱਚ 72 ਕਿਲੋਮੀਟਰ ਪ੍ਰਤੀ ਘੰਟੇ ਦੀ ਵੇਗ ਪ੍ਰਾਪਤ ਕਰ ਲੈਂਦੀ ਹੈ। ਅੱਗੇ ਲਿਖੋ ਮੰਨ ਲਓ ਕਿ ਪ੍ਰਵੇਗ ਇੱਕ ਸਮਾਨ ਹੈ ਤਾਂ ਪ੍ਰਵੇਗ ਅਤੇ ਰੇਲ ਗੱਡੀ ਦੁਆਰਾ ਤੈਅ ਕੀਤੀ ਗਈ ਦੂਰੀ ਕਿੰਨੀ ਹੋਵੇਗੀ ਸੋ ਪਹਿਲੇ ਜਵਾਬ ਦਾ 4 ਆਪਸ਼ਨਸ ਨੇ। ਪਹਿਲਾ ਆਪਸ਼ਨ ਆ ਜੀ 15 ms/s² ਅਤੇ 2 ਕਿਲੋਮੀਟਰ। ਦੂਜੇ ਆਪਸ਼ਨ ਆ 1/15 ms/s² ਅਤੇ 2 ਕਿਲੋਮੀਟਰ। ਤੀਜਾ ਆਪਸ਼ਨ ਆ 15 ms/s² ਅਤੇ 3 ਕਿਲੋਮੀਟਰ। ਚੌਥਾ ਆਪਸ਼ਨ ਆ 1/15 ms/s² ਅਤੇ 3 ਕਿਲੋਮੀਟਰ। ਆ ਚੱਕੋ ਜੀ 4 ਆਪਸ਼ਨਸ ਬਣਾ ਤੇ। ਇੱਕ ਚੀਜ਼ ਉਹਨਾਂ ਨੇ ਪੁੱਛੀ ਆ ਕਿ ਪ੍ਰਵੇਗ ਕਿੰਨੀ ਹੋਊਗੀ, ਇੱਕ ਇਹ ਪੁੱਛਿਆ ਕਿ ਦੂਰੀ ਕਿੰਨੀ ਤੈਅ ਕੀਤੀ ਹੋਊਗੀ, ਠੀਕ ਆ ਜੀ। ਇੱਕ ਟ੍ਰੇਨ, ਹੁਣ ਦੇਖੋ ਤੁਸੀਂ ਕਹੋਗੇ ਆਹ 4 ਆਪਸ਼ਨ ਤਾਂ ਲਿਖਤੇ ਅਤੇ ਤੁਸੀਂ 4 ਆਪਸ਼ਨ ਲਿਖ ਵੀ ਲਏ ਆਪਣੀ ਕਾਪੀ 'ਤੇ, ਪਰ ਮੇਰਾ ਮਕਸਦ ਆ ਸਵਾਲ ਨੂੰ ਸੋਲਵ ਕਰਾਉਣਾ, ਨਾ ਕਿ ਆਪਸ਼ਨਾਂ ਵੱਲ ਜਾਣਾ, ਠੀਕ ਆ ਜੀ। ਬੜੇ ਗੌਰ ਨਾਲ ਤੁਸੀਂ ਆਪ ਕਹੋਗੇ ਕਿ ਯਾਰ ਸਵਾਲ 'ਚ ਤਾਂ ਕੁਛ ਵੀ ਨਹੀਂ ਸੀ ਹੈਗਾ।
ਕਹਿੰਦੇ ਇੱਕ ਰੇਲ ਗੱਡੀ ਆਰਾਮ ਅਵਸਥਾ ਤੋਂ ਸ਼ੁਰੂ ਹੋਈ ਹੈ। ਇਹਦਾ ਮਤਲਬ ਉਹਦੀ ਸ਼ੁਰੂ ਦੇ ਵਿੱਚ ਬਿਲਕੁਲ ਵੀ ਵੇਗ ਨਹੀਂ ਸੀ। ਸ਼ੁਰੂ ਵਾਲੀ ਵੇਗ ਨੂੰ ਆਪਾਂ ਯੂ ਮੰਨ ਕੇ ਚੱਲਦੇ ਹਾਂ। ਇਹਨਾਂ ਤਿੰਨਾਂ 'ਚੋਂ ਕਿਹੜਾ ਫਾਰਮੂਲਾ ਲਾ ਕੇ ਆਪਣਾ ਹੱਲ ਨਿਕਲੂਗਾ ਉਹ ਆਪਾਂ ਮੌਕੇ 'ਤੇ ਦੇਖਾਂਗੇ। ਕਹਿੰਦਾ ਹੁਣ ਉਹਦੀ ਵੇਗ, ਹੁਣ ਜਿਹੜੀ ਵੇਗ ਆ, ਜਿਹੜੀ ਹੁਣ ਵਾਲੀ ਵੇਗ ਹੁੰਦੀ ਆ ਉਹਨੂੰ ਵੀ ਨਾਲ ਲਿਖਿਆ ਜਾਂਦਾ ਹੈ। ਅਤੇ ਹੁਣ ਵਾਲੀ ਵੇਗ ਕਿੰਨੀ ਆ? 72 ਕਿਲੋਮੀਟਰ ਪ੍ਰਤੀ ਘੰਟਾ। ਕਿੰਨੀ ਆ ਜੀ? 72 ਕਿਲੋਮੀਟਰ ਪ੍ਰਤੀ ਘੰਟਾ। ਠੀਕ ਆ ਜੀ, ਵੇਗ ਕਿੰਨੀ ਆ? 72 ਕਿਲੋਮੀਟਰ ਪ੍ਰਤੀ ਘੰਟਾ। ਠੀਕ ਆ, ਉਹਨੂੰ ਇਸ ਸਾਰੇ ਕੰਮ 'ਚ ਕਿੰਨਾ ਟਾਈਮ ਲੱਗਿਆ? ਉਹਨੂੰ ਇਸ ਸਾਰੇ ਕੰਮ 'ਚ ਲੱਗਿਆ ਜੀ 5 ਮਿੰਟ। ਟਾਈਮ ਵੀ ਦਿੱਤਾ ਹੋਇਆ 5 ਮਿੰਟ। ਅਤੇ ਜੇ ਕੋਈ ਮੈਨੂੰ ਕਹੇ ਕਿ ਹਾਂ ਇਹਨੂੰ ਕਿਵੇਂ ਕਰੀਏ, ਮੇਰੀ ਇੱਕ ਸਲਾਹ ਮੰਨੋ। ਸਭ ਤੋਂ ਪਹਿਲਾਂ ਤਾਂ ਜਿਹੜੀ ਮਗਰ ਵਾਲੀ ਇਕਾਈ ਹੈ ਨਾ, ਇਹ ਸਾਰੀ ਸਹੀ ਹੋਣੀ ਚਾਹੀਦੀ ਹੈ। ਤੁਸੀਂ ਕਹੋਗੇ ਕਿਹੜੀ ਸਹੀ ਹੁੰਦੀ ਹੈ ਵੀ ਦੱਸ ਦਿਓ, ਸਾਨੂੰ ਤਾਂ ਪਤਾ ਹੀ ਨਹੀਂ ਕਿ ਕਿਲੋਮੀਟਰ ਪ੍ਰਤੀ ਘੰਟਾ ਸਹੀ ਆ ਕਿ ਮਿੰਟ ਪ੍ਰਤੀ ਘੰਟਾ ਸਹੀ ਆ, ਕੀ ਸਹੀ ਆ। ਹਮੇਸ਼ਾ ਯਾਦ ਰੱਖਿਓ ਆਪਣੇ ਸਵਾਲ ਨੂੰ, ਕੋਸ਼ਿਸ਼ ਕਰਿਆ ਕਰੋ ਕਿ ਗਤੀ ਤੁਹਾਡੀ ਮੀਟਰ ਪਰ ਸੈਕਿੰਡ 'ਚ ਲਿਖੀ ਹੋਵੇ ਅਤੇ ਦੂਰੀ ਜ਼ਿਆਦਾਤਰ ਮੀਟਰਾਂ 'ਚ ਹੋਵੇ, ਫਿਰ ਸਵਾਲ ਚੱਲਦਾ ਹੈ। ਵੈਸੇ ਵੀ 4 ਆਪਸ਼ਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਏ ਕਹੀ ਸੀਗੀ, ਪ੍ਰਵੇਗ ਕਹੀ ਹੈ ਪਤਾ ਕਰਨ ਵਾਸਤੇ, ਉਹਦੇ 4 ਦੇ ਮਗਰ ਜਿਹੜੀ ਇਕਾਈ ਆ ਉਹ ਮੀਟਰ ਪਰ ਸੈਕਿੰਡ ਸਕੇਅਰ ਆ। ਇਹਦਾ ਮਤਲਬ ਆਪਾਂ ਨੂੰ ਆਪਣੇ ਸਵਾਲ ਨੂੰ ਮੀਟਰ ਪਰ ਸੈਕਿੰਡ ਸਕੇਅਰ 'ਚ ਲੈ ਕੇ ਜਾਣਾ ਹੀ ਪੈਣਾ ਹੈ। ਅਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ 1 ਕਿਲੋਮੀਟਰ ਪ੍ਰਤੀ ਘੰਟਾ ਜਿਹੜਾ ਹੁੰਦਾ ਹੈ, ਜੇਕਰ ਤੁਸੀਂ ਉਹਦੇ 'ਚ ਮੀਟਰ ਪਰ ਸੈਕਿੰਡ 'ਚ ਜਾਣਾ ਚਾਹੁੰਦੇ ਹੋ, ਤਾਂ ਮੈਂ ਪਹਿਲਾਂ ਹੀ ਕੱਲ੍ਹ ਦੱਸ ਚੁੱਕਿਆ ਕਿ 5/18 ਨਾਲ ਗੁਣਾ ਹੈ। ਅਤੇ ਜੇ ਮੀਟਰ ਪਰ ਸੈਕਿੰਡ ਤੋਂ ਕਿਲੋਮੀਟਰ ਪਰ ਪ੍ਰਤੀ ਘੰਟੇ 'ਚ ਆਉਣਾ ਹੈ ਤਾਂ 18/5 ਨਾਲ ਗੁਣਾ ਹੈ। ਬਿਨਾਂ ਸੋਚੇ ਅਸੀਂ ਕੀ ਕੀਤਾ, ਇਹਨੂੰ 72 × 5/18 ਕਰਤਾ, 18 ਚੌਕੇ, ਅਤੇ ਇਹ ਕੱਟ ਕੇ ਕਿੰਨਾ ਆ ਗਿਆ? ਆਹ ਲਓ ਜੀ 20 ਮੀਟਰ ਪ੍ਰਤੀ ਸੈਕਿੰਡ। ਇਹ ਆ ਗਿਆ 20 ਮੀਟਰ ਪ੍ਰਤੀ ਸੈਕਿੰਡ। ਇਹਦਾ ਮਤਲਬ ਗਤੀ ਤਾਂ ਮੀਟਰ ਪ੍ਰਤੀ ਸੈਕਿੰਡਾਂ 'ਚ ਆ ਗਈ, ਪਰ ਟਾਈਮ ਹਜੇ ਵੀ ਮਿੰਟਾਂ 'ਚ। ਅਤੇ ਤੁਹਾਨੂੰ ਇਹ ਵੀ ਪਤਾ ਹੈ ਕਿ 1 ਮਿੰਟ 'ਚ ਹੁੰਦੇ ਆ 60 ਸਕਿੰਟ, ਅਤੇ ਜੇ ਆਪਾਂ ਮਿੰਟਾਂ ਤੋਂ ਸਕਿੰਟਾਂ 'ਚ ਜਾਣਾ ਹੋਵੇ ਤਾਂ 60 ਨਾਲ ਕੀ ਕਰ ਦਈਦਾ ਹੈ? ਗੁਣਾ ਕਰ ਦਈਦਾ ਹੈ। ਇਹ ਆ ਗਿਆ ਆਪਣੇ ਕੋਲ 5 × 60, ਇਹ ਆ ਗਿਆ ਆਪਣੇ ਕੋਲ ਕਿੰਨਾ ਭਲਾ? 300 ਸਕਿੰਟ। ਕਿੰਨੇ ਆ ਗਏ ਆਪਣੇ ਕੋਲ? ਇਹ ਆਪਣੇ ਕੋਲ ਆ ਗਏ 300 ਸਕਿੰਟ। ਆਪਣਾ ਸਮਾਂ ਵੀ ਸਕਿੰਟਾਂ 'ਚ ਆ ਗਿਆ, ਦੂਰੀ ਆਪਣੀ ਮੀਟਰਾਂ 'ਚ ਆਉਣੀ ਚਾਹੀਦੀ ਆ, ਆਹ ਗਤੀ ਆਪਣੀ ਮੀਟਰ ਪ੍ਰਤੀ ਸਕਿੰਟਾਂ 'ਚ ਹੋਣੀ ਚਾਹੀਦੀ ਹੈ, ਅਤੇ ਟਾਈਮ ਆਪਣਾ ਸਕਿੰਟਾਂ 'ਚ ਹੋਣਾ ਚਾਹੀਦਾ ਹੈ। ਸਾਰਾ ਕੁਛ ਠੀਕ ਆ। ਹੁਣ ਇਹਨਾਂ ਤਿੰਨਾਂ 'ਚੋਂ ਕਿਹੜਾ ਫਾਰਮੂਲਾ ਲੱਗੂਗਾ? ਪਹਿਲਾਂ ਤਾਂ ਤੁਸੀਂ ਇਹ ਪਤਾ ਦੱਸੋ ਮੈਨੂੰ ਕਿ ਪੁੱਛਿਆ ਕੀ ਉਹਨਾਂ ਨੇ। ਕਹਿੰਦੇ ਪਹਿਲਾਂ ਤਾਂ ਤੁਸੀਂ ਇਹ ਪਤਾ ਕਰਕੇ ਦਿਓ ਕਿ ਪ੍ਰਵੇਗ ਕਿੰਨੀ ਹੋਊਗੀ। ਅਤੇ ਫਿਰ ਬਾਅਦ 'ਚ ਇਹ ਵੀ ਪਤਾ ਕਰਕੇ ਦਿਓ ਕਿ ਐਸ ਕਿੰਨਾ ਹੋਊਗਾ, ਕਿੰਨੀ ਦੂਰੀ ਤੈਅ ਕੀਤੀ ਉਹਨੇ। ਹੁਣ ਤੁਸੀਂ ਇੱਕ ਗੱਲ ਦੱਸੋ, ਜੇ ਮੈਂ ਐਸ ਸਵਾਲ 'ਤੇ ਫੋਕਸ ਕਰਾਂ, ਇਸ ਫਾਰਮੂਲੇ 'ਤੇ, ਆਹ ਵਾਲੇ ਫਾਰਮੂਲੇ 'ਤੇ, ਸਾਨੂੰ ਇਹ ਵੀ ਪਤਾ ਹੈ ਕਿ ਗੱਡੀ ਦੀ ਹੁਣ ਵੇਗ ਕਿੰਨੀ ਆ? 20। ਸਾਨੂੰ ਇਹ ਵੀ ਪਤਾ ਹੈ ਕਿ ਸ਼ੁਰੂ 'ਚ ਕਿੰਨੀ ਸੀ? 0। ਕਹਿੰਦੇ ਇਹ ਤੁਸੀਂ ਪਤਾ ਕਰਨਾ, ਚਲੋ ਮੰਨ ਲਿਆ। ਅਤੇ ਟੀ ਵੀ ਆਪਾਂ ਨੂੰ ਪਤਾ ਕਿੰਨਾ ਹੈ? ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਇੱਕ ਸਮੀਕਰਨ ਲਿਖਿਆ, ਇੱਕ ਸਮੀਕਰਨ 'ਚ ਤੁਹਾਨੂੰ ਇੱਕ ਚੀਜ਼ ਪਤਾ, ਦੂਜੀ ਪਤਾ, ਤੀਜੀ ਪਤਾ, ਚੌਥੀ ਨਹੀਂ ਪਤਾ, ਇੱਕ ਸਮੀਕਰਨ 'ਚੋਂ ਇੱਕ ਚੀਜ਼ ਤਾਂ ਕੱਢੀ ਜਾ ਸਕਦੀ ਆ। ਫਾਰਮੂਲਾ ਆਹ ਲਵਾਂਗੇ, V=UAT। ਤੁਹਾਡੇ ਦਿਮਾਗ 'ਚ ਇਹ ਹੋਊਗਾ ਕਿ ਮੈਂ ਉੱਪਰਲਾ ਫਾਰਮੂਲਾ ਕਿਉਂ ਨਹੀਂ ਲਾਇਆ? ਮੈਨੂੰ ਇਹ ਵੀ ਪਤਾ ਕਿ ਹੁਣ ਵਾਲੀ ਵੇਗ 20 ਆ, ਇਹ ਵੀ ਪਤਾ ਕਿ ਸ਼ੁਰੂ 'ਚ G ਆ, ਨਾ ਤੁਹਾਨੂੰ A ਪਤਾ ਨਾ ਤੁਹਾਨੂੰ S ਪਤਾ, ਫਿਰ ਕਿਵੇਂ ਲਾ ਲੈਂਦੇ ਹੋ ਫਾਰਮੂਲਾ? V=UAT। ਤਾਂ V ਕਿੰਨਾ ਆ ਗਿਆ ਆਪਣੇ ਕੋਲ? 20। ਸ਼ੁਰੂ ਵਾਲੀ ਗਤੀ ਕਿੰਨੀ ਦਿੱਤੀ ਹੋਈ ਸੀ? ਜਦੋਂ ਕੋਈ ਚੀਜ਼ ਆਰਾਮ ਤੋਂ ਸ਼ੁਰੂ ਹੋਈ ਹੋਵੇ ਤਾਂ ਮਤਲਬ ਉਹਦੀ ਸ਼ੁਰੂ ਵਾਲੀ ਗਤੀ ਜਾਂ ਸ਼ੁਰੂ ਵਾਲੀ ਚਾਲ ਵੈਸੇ ਹੀ 0 ਆ, ਪਲੱਸ A ਮੈਨੂੰ ਪਤਾ ਨਹੀਂ ਕਿੰਨਾ ਹੈ, ਅਤੇ T ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਦਾ। T ਕਿੰਨਾ ਆ ਆਪਣੇ ਕੋਲ? 300। ਆਹ ਦੇਖ ਲਓ, ਅਤੇ ਆਪਾਂ ਨੂੰ ਇੱਕ ਗੱਲ ਪਤਾ ਹੈ ਕਿ A ਗੁਣਾ 300 ਬਰਾਬਰ ਹੈ 20, ਅਤੇ A ਕਿੰਨਾ ਆਊਗਾ? 20/300। ਅਤੇ ਇਹ ਆ ਗਿਆ ਆਪਣੇ ਕੋਲ, ਕੈਲਕੂਲੇਟ ਕਰਕੇ ਦੇਖਿਓ, 1/15, ਸੋਰੀ। ਅਤੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ A ਦੀ ਇਕਾਈ ਕੀ ਹੁੰਦੀ ਆ? ਮੀਟਰ ਪਰ ਸੈਕਿੰਡ ਸਕੇਅਰ। ਕੀ ਹੁੰਦੀ ਆ? ਮੀਟਰ ਪਰ ਸੈਕਿੰਡ ਸਕੇਅਰ। ਇਹਦਾ ਮਤਲਬ ਇੱਕ ਜਵਾਬ ਤਾਂ ਆਪਣੇ ਕੋਲ ਆ ਗਿਆ ਕਿ A ਆਊਗਾ ਮੀਟਰ, ਇੰਨੇ ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ ਜੀ, ਸੋ A ਆਪਣੇ ਕੋਲ ਇੰਨੇ ਮੀਟਰ ਪਰ ਸੈਕਿੰਡ ਸਕੇਅਰ ਆ ਗਿਆ। ਚਲੋ ਜੀ, A ਆਪਣੇ ਕੋਲ ਇੰਨੇ ਮੀਟਰ ਪਰ ਸੈਕਿੰਡ ਸਕੇਅਰ ਆ ਗਿਆ। ਹੁਣ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਵੀ ਪਤਾ ਕਰੋ ਕਿ ਦੂਰੀ ਕਿੰਨੀ ਤੈਅ ਕੀਤੀ ਹੈ। ਦੂਰੀ ਵਾਸਤੇ ਤੁਸੀਂ ਆਹ ਫਾਰਮੂਲਾ ਲਾਓਗੇ ਕਿ ਆਹ ਲਾਓਗੇ? ਮੈਥ ਅਤੇ ਫਿਜ਼ਿਕਸ ਇੱਕ ਇਹੋ ਜਿਹੇ ਸਬਜੈਕਟ ਆ ਜਿਹੜੇ ਕਦੇ ਤੁਹਾਨੂੰ ਸ਼ਰਮਿੰਦਾ ਹੋਣ ਹੀ ਨਹੀਂ ਦਿੰਦੇ। ਤੁਸੀਂ ਕਹੋਗੇ ਮੈਂ ਆਹ ਫਾਰਮੂਲਾ ਇਸ ਕਰਕੇ ਲਾਉਣਾ ਚਾਹੁੰਦਾ ਕਿਉਂਕਿ ਮੈਨੂੰ ਯੂ ਵੀ ਪਤਾ 0 ਆ, ਏ ਵੀ ਪਤਾ ਕਿੰਨਾ ਹੈ, ਅਤੇ ਟੀ ਵੀ ਪਤਾ ਹੈ। ਲਾ ਲਓ ਬਈ, ਤਾਂ ਦੂਰੀ ਕਿੰਨੀ ਆ ਗਈ ਆਪਣੇ ਕੋਲ? ਦੇਖੋ ਇੱਕ ਗੱਲ ਕਲੀਅਰ ਆ, U×T 0 ਹੋ ਗਿਆ, ਖਤਮ ਕਹਾਣੀ, ਖਤਮ। ਯੂ 0 ਆ, ਹਾਫ। ਏ ਆਪਾਂ ਹੁਣੇ ਹੁਣੇ ਕੱਢਿਆ ਹੈ, ਏ ਕੱਢਿਆ ਹੈ 1/15, ਅਤੇ ਟੀ ਕਿੰਨਾ ਹੈ? ਟੀ ਆਪਣੇ ਕੋਲ ਹੈਗਾ ਹੈ 300, ਅਤੇ 300 ਦਾ ਸਕੇਅਰ। ਅਤੇ ਮੈਨੂੰ ਪਤਾ ਕਿ 300 ਦੇ ਸਕੇਅਰ ਨੂੰ ਸਭ ਤੋਂ ਵਧੀਆ ਤਰੀਕਾ ਲਿਖਣ ਦਾ ਆਹ ਹੁੰਦਾ ਹੈ,
ਹੁਣ ਤੁਹਾਨੂੰ ਇਹ ਵੀ ਪਤਾ ਹੈ ਕਿ 15 ਗੁਣਾ 2 30 ਹੁੰਦਾ ਹੈ, 30 ਨਾਲ 300 ਕੱਟਿਆ ਗਿਆ ਤਾਂ 3 ਆ ਗਿਆ, ਤੇ ਚੁੱਪ ਕਰਕੇ ਆ ਪਤਾ ਕਿੰਨਾ ਆ ਗਿਆ 3000। ਤੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਜਦੋਂ ਤੁਸੀਂ ਸਾਰਾ ਕੁਝ ਮੀਟਰ ਸਕਿੰਟਾਂ 'ਚ ਲੈ ਗਏ ਤਾਂ ਤੁਹਾਡੀ ਦੂਰੀ ਮੀਟਰਾਂ 'ਚ ਆਉਣੀ ਹੀ ਬਣਦੀ ਹੈ, ਤੇ ਸਾਡੀ ਦੂਰੀ ਆਈ 3000 ਮੀਟਰ। ਪਰ ਆਪਸ਼ਨ ਪਤਾ ਕੀ ਸੀ, 3 ਕਿਲੋਮੀਟਰ ਕਿ 2 ਕਿਲੋਮੀਟਰ। ਤਾਂ ਤੁਸੀਂ 3000 ਮੀਟਰ ਨੂੰ 1000 ਨਾਲ ਭਾਗ ਕਰ ਦਿਓ ਤਾਂ ਕਿ ਇਹ ਕਿਲੋਮੀਟਰਾਂ 'ਚ ਆ ਜਾਏ, ਤਾਂ 3 ਕਿਲੋਮੀਟਰ ਆ ਗਿਆ। ਤੁਹਾਡੇ 'ਚੋਂ ਕਈਆਂ ਦੀ ਸ਼ੰਕਾ ਇਹ ਹੋਊਗੀ ਕਿ ਯਾਰ ਆਹ ਫਾਰਮੂਲਾ ਕਿਉਂ ਨਹੀਂ ਲਾਇਆ। ਆ ਜਾਓ, ਵੀ ਸਕੇਅਰ ਬਰਾਬਰ ਹੈ 2 ਗੁਣਾ ਏ ਗੁਣਾ ਐੱਸ, ਠੀਕ ਹੈ। ਹੁਣ ਇੱਕ ਗੱਲ ਹੋਰ, ਵੀ ਆਪਾਂ ਨੂੰ ਪਤਾ ਕਿੰਨੀ ਸੀਗੀ, ਵੀ ਆਪਣੇ ਕੋਲ 20 ਆ, ਅਤੇ 20 ਦਾ ਸਕੇਅਰ ਕਿੰਨਾ ਹੋ ਗਿਆ 400, 20 ਦਾ ਸਕੇਅਰ ਕਿੰਨਾ ਹੋ ਗਿਆ 400 ਗੁਣਾ 2 ਗੁਣਾ ਏ, ਏ ਕਿੰਨਾ ਹੋ ਗਿਆ ਆਪਣੇ ਕੋਲ 15, ਅਤੇ 1/15 ਅਤੇ ਗੁਣਾ ਐੱਸ। ਤੁਸੀਂ ਇੱਥੋਂ ਵੀ ਤਾਂ ਕੱਢ ਹੀ ਸਕਦੇ ਸੀ ਸਵਾਲ, ਪਰ ਕੀ ਇੱਥੋਂ ਵੀ ਆਂਸਰ ਐੱਸ ਦਾ ਉਨਾ ਹੀ ਆਊਗਾ। ਆਹ ਚੱਕ ਕੇ ਇੱਧਰ ਗੁਣਾ ਕਰਤਾ 400, 2 ਥੱਲੇ ਕਰਤਾ, ਐੱਸ ਇੱਥੋਂ ਆ ਗਿਆ, ਇਹਨੂੰ ਕੱਟ ਕੇ ਕਰਤਾ 200, ਅਤੇ 15 ਗੁਣਾ 2 3, 15 ਗੁਣਾ 2 30, 30 ਦੇ ਨਾਲ 2 ਜ਼ੀਰੋਆਂ, ਐੱਸ ਇਜ ਇਕੁਅਲ ਟੂ 3000 ਮੀਟਰ। ਇੱਥੋਂ ਵੀ ਉਹ ਆਇਆ, ਇੱਥੋਂ ਵੀ ਉਹ ਆਇਆ। ਇਹਦਾ ਮਤਲਬ ਪਤਾ ਕੀ ਆ, ਜੇ ਤੁਸੀਂ ਫਾਰਮੂਲੇ ਸਹੀ ਤਰੀਕੇ ਨਾਲ ਲਾਗੂ ਕਰੇ ਹੋਏ ਆ ਤਾਂ ਤੁਹਾਡਾ ਸਵਾਲ ਕਦੇ ਵੀ ਗਲਤ ਨਹੀਂ ਹੁੰਦਾ। ਪੇਪਰ ਦੇ ਵਿੱਚ ਐਡੇ ਲੰਮੇ ਸਵਾਲ ਨਹੀਂ ਆਉਂਦੇ, ਪੇਪਰ 'ਚ ਫਾਰਮੂਲੇ ਹੀ ਆ ਜਾਣਗੇ ਕਿ ਦੱਸੋ ਕਿਹੜਾ ਫਾਰਮੂਲਾ ਗਲਤ ਹੈ। ਪੇਪਰ ਦੇ ਵਿੱਚ ਤਾਂ ਐਵੇਂ ਦਾ ਸਵਾਲ ਆ ਜਾਂਦਾ ਹੁੰਦਾ, ਮੈਂ ਮਜ਼ਾਕ ਜਿਹਾ ਨਹੀਂ ਕਰ ਰਿਹਾ, ਸੀਰੀਅਸਲੀ, ਕਿ ਭਾਈ ਇੱਕ ਚੀਜ਼ ਆਰਾਮ ਅਵਸਥਾ ਤੋਂ ਸ਼ੁਰੂ ਹੋਈ ਹੈ, ਉਸ ਦੀ ਦੂਰੀ ਤੈਅ ਕਰਨ ਦਾ ਫਾਰਮੂਲਾ ਦੱਸੋ। ਦੂਰੀ ਤੈਅ ਕਰਨ ਦਾ ਐੱਸ ਇਜ਼ ਇਕੁਅਲ ਟੂ ਯੂ ਤਾਂ ਖਤਮ ਹੀ ਹੋ ਗਿਆ ਆਰਾਮ ਅਵਸਥਾ ਕਰਕੇ, ਇਸ ਕਰਕੇ ਫਾਰਮੂਲਾ ਇਕੱਲਾ ਹਾਫ ਏ ਟੀ ਸਕੇਅਰ ਰਹਿ ਗਿਆ। ਪੇਪਰ 'ਚ 4 ਆਪਸ਼ਨਾਂ ਪਾ ਦਿੰਦੇ ਆ ਕਿ ਏ ਟੀ ਸਕੇਅਰ, 2 ਏ ਟੀ ਸਕੇਅਰ, ਏ ਟੀ ਸਕੇਅਰ ਬਟੇ 2 ਜਾਂ 3 ਏ ਟੀ ਸਕੇਅਰ, ਐਵੇਂ ਦਾ ਸਵਾਲ ਪਾ ਦਿੰਦੇ ਆ। ਤਾਂ ਆਹ ਚੀਜ਼ ਆ ਗਈ ਆਪਣੇ ਕੋਲ ਫਾਰਮੂਲਾ, ਤਾਂ ਐਵੇਂ ਦੇ ਫਾਰਮੂਲੇ ਹੀ ਤੁਹਾਨੂੰ ਪੇਪਰ 'ਚ ਪੁੱਛ ਲਏ ਜਾਣਗੇ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਸਾਨੂੰ ਘੱਟੋ ਘੱਟ ਇਹ ਸਾਰੇ ਸਵਾਲ ਜਿਹੜੇ ਆ ਜੀ ਉਹ ਪਤਾ ਹੋਣੇ ਚਾਹੀਦੇ ਆ ਕਿ ਦੂਰੀ ਨਾਲ ਸੰਬੰਧਿਤ ਸਵਾਲ ਕਿਵੇਂ ਆ। ਹੁਣ ਜੇ ਅਸੀਂ ਇੱਕ ਸਟੈਪ ਅੱਗੇ ਚੱਲੀਏ, ਠੀਕ ਆ, ਤਾਂ ਇੱਕ ਸਟੈਪ ਅੱਗੇ ਵੱਧਦੇ ਸਾਰ ਸਾਡੇ ਕੋਲ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਆ, ਦੈਟ ਇਜ਼ ਗ੍ਰਾਫ। ਉਹ ਕੀ ਆ ਭਲਾ? ਗ੍ਰਾਫ, ਕਿ ਗ੍ਰਾਫ ਕਿਵੇਂ ਬਣਨਗੇ, ਠੀਕ ਆ। ਦੇਖੋ ਇੱਕ ਗੱਲ ਬੜੀ ਕਲੀਅਰ ਆ ਕਿ ਗ੍ਰਾਫ ਕਿਵੇਂ ਬਣਨਗੇ, ਤਾਂ ਗ੍ਰਾਫ ਦੇ ਬਣਨ ਦੀ ਇੱਕ ਸਟੋਰੀ ਆ, ਠੀਕ ਆ ਨਾ। ਤਾਂ ਗ੍ਰਾਫ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਆ ਕਿ ਸਾਨੂੰ ਇਹ ਚੀਜ਼ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਆ ਕਿ ਗ੍ਰਾਫ ਦੇ ਵਿੱਚ ਅਸੀਂ ਸਭ ਤੋਂ ਇੰਪੋਰਟੈਂਟ ਗੱਲ ਕੀ ਆ। ਦੇਖੋ ਤੁਸੀਂ ਕਿਸੇ ਨੇ ਕਹਿ ਤਾ ਕਿ ਇੱਕ ਗ੍ਰਾਫ ਐਵੇਂ ਬਣਦਾ ਹੈ, ਗ੍ਰਾਫ ਦਾ ਆਹ ਜਿਹੜਾ ਬਿੰਦੂ ਹੁੰਦਾ ਹੈ ਨਾ ਇਹਨੂੰ ਕਹਿੰਦੇ ਆ ਮੂਲ ਬਿੰਦੂ। ਕਿਹੜਾ ਬਿੰਦੂ? ਮੂਲ ਬਿੰਦੂ, ਠੀਕ ਆ ਜੀ। ਇਸ ਮੂਲ ਬਿੰਦੂ ਦੇ ਇੱਧਰਲੇ ਪਾਸੇ, ਹਮੇਸ਼ਾ ਮੈਥ ਪੜ੍ਹਨ ਵਾਲੇ ਬੱਚੇ ਜਾਣਦੇ ਆ ਕਿ ਇੱਧਰਲੇ ਪਾਸੇ ਹੁੰਦਾ ਐਕਸ ਧੁਰਾ, ਇੱਧਰਲੇ ਪਾਸੇ ਹੁੰਦਾ ਹੈ ਵਾਈ ਧੁਰਾ, ਇਹਨੂੰ ਹੁੰਦੇ ਆ ਮੂਲ ਬਿੰਦੂ। ਕੀ ਕਹਿੰਦੇ ਇਹਨੂੰ ਆਪਾਂ? ਮੂਲ ਬਿੰਦੂ। ਅੰਗਰੇਜ਼ੀ 'ਚ ਇਹਨੂੰ ਓਰੀਜਨ ਕਹਿੰਦੇ ਆ, ਇਹਨੂੰ ਐਕਸ ਐਕਸਿਸ, ਇਹਨੂੰ ਵਾਈ ਐਕਸਿਸ। ਕਿਸੇ ਨੇ ਕਹਿਤਾ ਕਿ ਐਕਸ ਐਕਸਿਸ ਵਾਲੇ ਪਾਸੇ ਤੁਹਾਡਾ ਟਾਈਮ ਜਾਣੀ ਕਿ ਸਮਾਂ ਹੈ, ਵਾਈ ਐਕਸਿਸ ਵਾਲੇ ਪਾਸੇ ਤੁਹਾਡਾ ਡਿਸਟੈਂਸ ਜਾਂ ਡਿਸਪਲੇਸਮੈਂਟ, ਕੁਛ ਵੀ ਕਹਿ ਲਓ, ਦੂਰੀ ਹੈ, ਠੀਕ ਆ। ਤੁਸੀਂ ਕਿੰਨੀ ਦੂਰੀ ਤੈਅ ਕੀਤੀ? ਤੁਹਾਨੂੰ ਕਿਸੇ ਨੇ ਕਹਿਤਾ ਕਿ ਤੁਸੀਂ 1 ਮਿੰਟ 'ਚ 2 ਮੀਟਰ ਗਏ, ਇਹਦਾ ਮਤਲਬ ਇੱਥੇ ਬਿੰਦੂ ਲੱਗ ਗਿਆ। ਤੁਸੀਂ 2 ਮਿੰਟ 'ਚ 4 ਮੀਟਰ ਗਏ, ਬਿੰਦੂ ਇੱਥੇ ਲੱਗ ਗਿਆ। ਤੁਸੀਂ 3 ਮਿੰਟ 'ਚ 6 ਮੀਟਰ ਤੱਕ ਗਏ, ਬਿੰਦੂ ਇੱਥੇ ਲੱਗ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਤੁਸੀਂ ਲਾਈਨ ਡਰਾ ਕੀਤੀ ਹੈ ਬਿਲਕੁਲ ਸਿੱਧੀ ਹੈ? ਬਿਲਕੁਲ। ਜਦੋਂ ਤੁਸੀਂ ਬਰਾਬਰ ਬਰਾਬਰ ਸਮੇਂ ਵਿੱਚ ਬਰਾਬਰ ਬਰਾਬਰ ਦੂਰੀ ਤੈਅ ਕਰੋ ਤਾਂ ਤੁਹਾਡੀ ਜਿਹੜੀ ਹੈ ਲਾਈਨ ਬਣਦੀ ਹੈ ਨਾ, ਇਹਦੀ ਜਿਹੜੀ ਢਲਾਣ ਹੁੰਦੀ ਆ, ਆਹ ਚੀਜ਼ ਆ, ਐਕਸ ਧੁਰੇ ਤੋਂ ਤੁਸੀਂ ਕਿੰਨੀ ਉੱਚੇ ਹੋ ਇਹਨੂੰ ਕਹਿੰਦੇ ਆ ਢਲਾਣ। ਕੀ ਕਹਿੰਦੇ ਆ ਜੀ? ਢਲਾਣ। ਜਿਹੜੀ ਤੁਹਾਡੀ ਢਲਾਣ ਹੁੰਦੀ ਹੈ ਨਾ ਉਹ ਦੱਸਦੀ ਆ ਤੁਹਾਡੀ ਕਿਹੜੀ ਚੀਜ਼ ਬਾਰੇ? ਗਤੀ ਬਾਰੇ। ਹਾਂ, ਤੁਸੀਂ ਕਹੋਗੇ ਢਲਾਣ ਗਤੀ ਬਾਰੇ ਕਿਵੇਂ ਦੱਸ ਗਈ ਬਈ? ਇਹ ਦੇਖੋ, ਜੇ ਕੋਈ ਬੰਦਾ ਇਹ ਕਹਿ ਦਿੰਦਾ ਕਿ ਮੈਂ 1 ਮਿੰਟ 'ਚ ਇੱਧਰਲੇ ਪਾਸੇ ਸਮਾਂ ਹੈ ਜਾਣੀ ਕਿ ਟਾਈਮ, ਇੱਧਰਲੇ ਪਾਸੇ ਦੂਰੀ ਆ ਜਾਣੀ ਕਿ ਐੱਸ, ਜੇ ਉਹ ਬੰਦਾ ਕਹਿ ਦਿੰਦਾ ਕਿ ਮੈਂ 1 ਮਿੰਟ 'ਚ 4 ਮੀਟਰ ਗਿਆ, ਮੈਂ 2 ਮਿੰਟ 'ਚ 8 ਮੀਟਰ ਗਿਆ, ਤਾਂ ਪਹਿਲਾ ਬਿੰਦੂ ਇੱਥੇ ਲੱਗਦਾ, ਦੂਜਾ ਬਿੰਦੂ ਇੱਥੇ ਲੱਗਦਾ, ਤਾਂ ਇੱਥੇ ਢਲਾਣ ਐਵੇਂ ਬਣਦੀ। ਇਸ ਕੇਸ ਦੇ ਵਿੱਚ ਢਲਾਣ ਜ਼ਿਆਦੀ ਆ, ਕਿਉਂ? ਇੱਕ ਬੰਦਾ 1 ਮਿੰਟ ਦੇ ਵਿੱਚ ਜਾਂ 1 ਸਕਿੰਟ 'ਚ 4 ਮੀਟਰ ਤੁਰ ਪੈਂਦਾ ਹੈ, ਇੱਥੇ ਬੰਦਾ 1 ਸਕਿੰਟ 'ਚ ਮਸਾਂ 2 ਮੀਟਰ ਤੁਰਦਾ ਸੀਗਾ, ਕਿਉਂਕਿ 1 ਸਕਿੰਟ 'ਚ 2 ਮੀਟਰ, 2 ਸਕਿੰਟਾਂ 'ਚ 4 ਮੀਟਰ, 3 ਸਕਿੰਟਾਂ 'ਚ 6 ਮੀਟਰ। ਐਕਸ ਧੁਰੇ ਤੋਂ ਆਹ ਜ਼ਿਆਦਾ ਉੱਚਾ ਹੈ ਕਿ ਆਹ ਵਾਲਾ ਜ਼ਿਆਦਾ ਉੱਚਾ ਹੈ? ਓਬੀਅਸ ਜੀ ਗੱਲ, ਆਹ ਵਾਲਾ, ਇਹਦੀ ਢਲਾਣ ਜ਼ਿਆਦਾ ਉੱਚੀ ਹੈ, ਠੀਕ ਆ। ਤੁਸੀਂ ਕਹੋਗੇ ਢਲਾਣ ਦਾ ਮਤਲਬ ਕੀ ਆ ਕਿ ਤੁਸੀਂ ਐਕਸ ਧੁਰੇ ਤੋਂ ਕਿੰਨੀ ਉੱਚੀ ਹੋ, ਅਤੇ ਐਕਸ, ਇਸ ਢਲਾਣ ਤੋਂ ਪਤਾ ਕੀ ਲੱਗਿਆ ਸਾਨੂੰ ਕਿ ਕਿਹਦੀ ਗਤੀ ਜ਼ਿਆਦਾ ਹੈ?
ਤੁਹਾਨੂੰ ਲੱਗ ਗਿਆ ਨਾ ਪਤਾ ਕਿ ਇਹ 1 ਮਿੰਟ 1 ਸਕਿੰਟ 'ਚ ਤੁਰਦੀ ਸੀ 4 ਮੀਟਰ, ਉਹ 1 ਸਕਿੰਟ 'ਚ ਤੁਰਦੀ ਸੀਗੀ 2 ਮਿੰਟ 2 ਮੀਟਰ। ਸੋ ਕਹਿਣ ਦਾ ਮਤਲਬ ਕੀ ਹੋਇਆ ਆਪਣੇ ਕੋਲ ਕਿ ਬਈ ਜਿੰਨੀ ਢਲਾਣ ਵੱਧ ਉਨੀ ਗਤੀ ਵੱਧ, ਜਿੰਨੀ ਢਲਾਣ ਘੱਟ ਉਨੀ ਗਤੀ ਘੱਟ, ਠੀਕ ਆ। ਸੋ ਸਭ ਤੋਂ ਪਹਿਲੀ ਗੱਲ ਪੇਪਰ 'ਚ ਆਉਣ ਵਾਲੀਆਂ ਇਸ ਗ੍ਰਾਫ ਦੀਆਂ ਗੱਲਾਂ ਇਹ ਆ, ਦੂਰੀ ਸਮਾਂ ਗ੍ਰਾਫ। ਇੱਕ ਪਾਸੇ ਨੂੰ ਦੂਰੀ, ਇੱਕ ਪਾਸੇ ਨੂੰ ਕੀ ਆ ਸਮਾਂ, ਇੱਕ ਪਾਸੇ ਦੂਰੀ ਆ ਇੱਕ ਪਾਸੇ ਸਮਾਂ ਹੈ। ਤੇ ਤੁਸੀਂ ਕਹੋਗੇ ਕਿ ਪੇਪਰਾਂ 'ਚ ਸਵਾਲ ਕਿਵੇਂ ਆਉਣਗੇ, ਗ੍ਰਾਫ ਤਾਂ ਪੇਪਰ 'ਚ ਆ ਹੀ ਨਹੀਂ ਸਕਦੇ। ਉਹਦੀ ਗੱਲ ਉਹਦੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਜਿਹੜੇ ਸਵਾਲ ਪੇਪਰ 'ਚ ਆ ਸਕਦੇ ਆ ਉਹਨਾਂ ਨੂੰ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਆ, ਠੀਕ ਹੈ ਜੀ। ਆ ਜਾਓ ਹੁਣ ਦੂਰੀ ਸਮਾਂ ਗ੍ਰਾਫ ਬਾਰੇ ਕੁਛ ਵਿਸ਼ੇਸ਼ ਗੱਲਾਂ। ਪਹਿਲੀ ਵਿਸ਼ੇਸ਼ ਗੱਲ, ਦੂਰੀ ਸਮਾਂ ਗ੍ਰਾਫ ਦੀ ਢਲਾਣ ਤੋਂ ਗਤੀ ਪਤਾ ਲੱਗਦੀ ਹੈ। ਦੂਰੀ ਸਮਾਂ ਗ੍ਰਾਫ ਦੀ ਢਲਾਣ ਤੋਂ ਦੂਰੀ ਪਤਾ ਲੱਗਦੀ ਹੈ ਕੀ, ਸੋਰੀ, ਦੂਰੀ ਸਮਾਂ ਗ੍ਰਾਫ ਦੀ ਢਲਾਣ ਤੋਂ ਗਤੀ ਪਤਾ ਲੱਗਦੀ ਹੈ, ਗਤੀ ਵੀ ਨਹੀਂ ਕਹਿਣਾ, ਚਾਲ ਪਤਾ ਲੱਗਦੀ ਹੈ ਬੇਸਿਕਲੀ। ਕੀ ਪਤਾ ਲੱਗਦੀ ਹੈ? ਚਾਲ। ਹੁਣ ਇੱਕ ਗੱਲ ਦੱਸੋਗੇ, ਆਹ ਦੂਰੀ ਸਮਾਂ ਗ੍ਰਾਫ ਆ, ਇੱਧਰਲੇ ਪਾਸੇ ਆ ਸਮਾਂ, ਆ ਰਹੀ ਦੂਰੀ, ਇੱਕ ਗ੍ਰਾਫ ਐਵੇਂ ਬਣਿਆ ਅਤੇ ਰੱਬ ਥੋੜ੍ਹਾ ਭਲਾ ਕਰੇ ਇੱਕ ਗ੍ਰਾਫ ਐਵੇਂ ਬਣਿਆ। ਦੱਸੋ ਕਿਹੜੇ ਗ੍ਰਾਫ ਦੀ ਚਾਲ ਜ਼ਿਆਦੀ ਆ, ਚਿੱਟੇ ਵਾਲੇ ਦੀ ਕਿ ਲਾਲ ਪੀਲੇ ਵਾਲੇ ਦੀ? ਪੀਲੇ ਵਾਲੀ ਦੀ ਢਲਾਣ ਜ਼ਿਆਦੀ ਆ, ਇਸ ਕਰਕੇ ਉਹਦੀ ਆਹ ਇੱਕ ਉਦਾਹਰਣ ਦੇ ਤੌਰ 'ਤੇ ਲਿਖ ਵੀ ਸਕਦੇ ਹੋ, ਪੇਪਰ 'ਚ ਵੀ ਆ ਸਕਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਇਹਨਾਂ ਵਿੱਚੋਂ ਕਿਸ ਦੀ ਢਲਾਣ, ਕਿਸ ਬੋਡੀ ਦੀ ਢਲਾਣ, ਕਿਸ ਚੀਜ਼ ਦੀ ਢਲਾਣ ਜ਼ਿਆਦੀ, ਉਹ ਕਿਸ ਚੀਜ਼ ਦੀ ਗਤੀ ਜ਼ਿਆਦੀ ਹੋਵੇਗੀ, ਏ ਦੀ ਕਿ ਬੀ ਦੀ? ਤਾਂ ਸਾਫ਼ ਪਤਾ ਲੱਗ ਰਿਹਾ ਕਿਹਦੀ ਭਲਾ, ਏ ਦੀ, ਕਿਉਂਕਿ ਉਹਦੀ ਢਲਾਣ ਜ਼ਿਆਦੀ ਆ। ਢਲਾਣ ਦਾ ਮਤਲਬ ਹੁੰਦਾ ਐਕਸ ਐਕਸਿਸ ਤੋਂ ਕਿੰਨੀ ਉੱਚੀ ਜਾ ਕੇ ਉਹ ਕਰਵ ਬਣੀ ਹੋਈ ਆ, ਉਹ ਲਾਈਨ ਬਣੀ ਆ। ਸੋ ਪੇਪਰ 'ਚ ਇਹ ਵੀ ਆ ਜਾਂਦਾ ਹੁੰਦਾ। ਦੂਜੀ ਗੱਲ, ਠੀਕ ਆ, ਜਿੰਨੀ ਜ਼ਿਆਦਾ ਢਲਾਣ, ਜਿੰਨੀ ਜ਼ਿਆਦਾ ਦੂਰੀ ਸਮਾਂ ਗ੍ਰਾਫ ਦੀ ਢਲਾਣ ਹੋਊਗੀ ਉਨੀ ਜ਼ਿਆਦਾ ਉਸ ਚੀਜ਼ ਦਾ ਚਾਲ ਹੋਊਗੀ, ਠੀਕ ਆ ਨਾ। ਕਿਸੇ ਚੀਜ਼ ਦੀ ਚਾਲ ਕਿਤੇ ਡਿਪੈਂਡ ਕਰਦੀ ਹੈ ਇਹ ਵੀ ਪਤਾ ਲੱਗ ਗਿਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੜ੍ਹਾਇਆ ਡਿਸਪਲੇਸਮੈਂਟ ਟਾਈਮ ਗ੍ਰਾਫ, ਹੁਣ ਮੈਂ ਪੜ੍ਹਾ ਰਿਹਾ ਵਿਲੋਸਟੀ ਟਾਈਮ ਗ੍ਰਾਫ, ਠੀਕ ਆ, ਵੇਗ ਸਮਾਂ ਗ੍ਰਾਫ। ਅਗਲਾ ਗ੍ਰਾਫ ਕਿਹੜਾ ਆਪਣੇ ਕੋਲ? ਵੇਗ ਅਤੇ ਸਮੇਂ ਦਾ। ਆ ਜਾਓ ਵੇਗ ਅਤੇ ਸਮਾਂ, ਆਪਣੇ ਕੋਲ ਆ ਗਿਆ ਮੂਲ ਬਿੰਦੂ, ਇੱਧਰਲੇ ਪਾਸੇ ਆ ਗਈ ਆਪਣੇ ਕੋਲ ਐਕਸ, ਅਤੇ ਇੱਧਰਲੇ ਪਾਸੇ ਆ ਗਿਆ ਆਪਣੇ ਕੋਲ ਵਾਈ, ਠੀਕ ਹੈ ਜੀ। ਇੱਧਰਲੇ ਪਾਸੇ ਆਪਣੇ ਕੋਲ ਕੀ ਲਿਖੀ ਹੋਈ ਹੈ? ਵੇਗ। ਇੱਧਰਲੇ ਪਾਸੇ ਕੀ ਲਿਖਿਆ ਹੋਇਆ? ਸਮਾਂ। ਕਿੰਨੇ ਸਮੇਂ ਵਿੱਚ ਕਿੰਨੀ ਵੇਗ, ਕਿੰਨੇ ਸਮੇਂ 'ਚ ਕਿੰਨੀ ਵੇਗ, ਕਿੰਨੇ ਸਮੇਂ 'ਚ ਕਿੰਨੀ ਵੇਗ ਬਦਲੀ, ਇੱਥੋਂ ਪਤਾ ਲੱਗਦੀ ਆ। ਵਟ ਇਜ਼ ਵੇਗ ਇਨ, ਬਦਲਾਵ ਇਨ ਵੇਗ, ਵੇਗ ਵਿੱਚ ਬਦਲਾਵ ਆ ਜੇ ਤਾਂ ਕੀ ਆ ਜਾਂਦਾ ਭਲਾ ਪ੍ਰਵੇਗ? ਇਹਦਾ ਮਤਲਬ ਵੇਗ ਸਮਾਂ ਗ੍ਰਾਫ ਦੀ ਢਲਾਣ, ਵੇਗ ਸਮਾਂ ਗ੍ਰਾਫ ਦੀ ਢਲਾਣ ਪ੍ਰਵੇਗ ਦੱਸਦੀ ਹੈ। ਵੇਗ ਸਮਾਂ ਗ੍ਰਾਫ ਹੋਊਗਾ ਜਿਹੜਾ, ਜਿਹੜਾ ਵੀ ਗ੍ਰਾਫ ਵੇਗ ਅਤੇ ਸਮੇਂ 'ਚ ਬਣਿਆ ਹੋਊਗਾ ਉਹਦੀ ਜਿਹੜੀ ਢਲਾਣ ਹੋਊਗੀ ਨਾ, ਆਹ ਢਲਾਣ ਆ ਜਿਹੜੀ, ਇਹ ਢਲਾਣ ਇਹ ਦੱਸਦੀ ਆ ਕਿ ਇਹ ਗ੍ਰਾਫ ਜਿਹੜਾ ਹੈ ਉਹ ਕੀ ਦੱਸਦਾ ਹੈ ਸਾਨੂੰ, ਠੀਕ ਆ। ਢਲਾਣ ਜਿਹੜੀ ਆ, ਜੇ ਤੁਹਾਨੂੰ ਕੋਈ ਇਹ ਕਹੇ ਕਿ ਇੱਕ ਗੱਡੀ ਆ ਰਹੀ, ਇੱਕ ਗੱਡੀ ਆ ਰਹੀ, ਇੱਕ ਗੱਡੀ ਆ ਰਹੀ, ਠੀਕ ਆ, ਇੱਕ ਗੱਡੀ ਦਾ ਨਾਮ ਏ ਆ, ਇੱਕ ਗੱਡੀ ਦਾ ਨਾਮ ਬੀ ਆ, ਅਤੇ ਗ੍ਰਾਫ ਕਿਹੜਾ ਹੈ? ਵੇਗ ਸਮੇਂ ਦਾ ਗ੍ਰਾਫ। ਅਤੇ ਵੇਗ ਸਮੇਂ ਦੇ ਗ੍ਰਾਫ ਵਿੱਚ ਇੱਕ ਗੱਲ ਯਾਦ ਹੀ ਰੱਖਿਓ, ਉਹ ਵਾਲੀ ਗੱਡੀ ਦਾ ਪ੍ਰਵੇਗ ਜ਼ਿਆਦਾ ਹੋਊਗਾ ਜਿਹਦੀ ਢਲਾਣ ਜ਼ਿਆਦੀ ਆ, ਅਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹਦੀ ਢਲਾਣ ਤਾਂ ਇੰਨੀ ਕੁ ਅਤੇ ਇਹਦੀ ਢਲਾਣ ਇੰਨੀ ਜ਼ਿਆਦੀ ਆ, ਜਿਹਦੀ ਜ਼ਿਆਦੀ ਢਲਾਣ ਉਹਦਾ ਪ੍ਰਵੇਗ ਜ਼ਿਆਦਾ। ਪਰ ਇਹ ਕਿਹੜੇ ਗ੍ਰਾਫ ਦੀ ਗੱਲ ਹੋ ਰਹੀ ਹੈ ਹੁਣ? ਵੇਗ ਸਮਾਂ ਗ੍ਰਾਫ। ਪਹਿਲਾਂ ਮੈਂ ਕਿਹੜੇ ਗ੍ਰਾਫ ਦੀ ਗੱਲ ਕਰ ਰਿਹਾ ਸੀਗਾ? ਵਿਸਥਾਪਨ ਸਮਾਂ ਗ੍ਰਾਫ ਜਾਂ ਦੂਰੀ ਸਮਾਂ ਗ੍ਰਾਫ, ਅਤੇ ਹੁਣ ਗੱਲ ਕਿਹਦੀ ਹੋ ਰਹੀ ਆ? ਵੇਗ ਸਮਾਂ ਗ੍ਰਾਫ ਦੀ, ਕਿ ਵੇਗ ਸਮੇਂ ਦੇ ਵਿੱਚ ਜਿਹੜਾ ਗ੍ਰਾਫ ਆ ਉਹਦੀ ਢਲਾਣ ਕੀ ਦੱਸਦੀ ਹੈ। ਪਹਿਲਾਂ ਮੈਂ ਤੁਹਾਨੂੰ ਕੀ ਕੀਤਾ? ਦੋ ਗੱਲਾਂ ਸਮਝਾਤੀਆਂ ਢਲਾਣ ਬਾਰੇ, ਹੁਣ ਮੈਂ ਅਗਲੇ ਸਟੈਪ 'ਤੇ ਜਾ ਰਿਹਾ। ਆਹ ਗੱਲ ਸਮਝ ਆ ਗਈ, ਢਲਾਣ ਕੀ ਦੱਸਦੀ ਆ ਇਹ ਵੀ ਗੱਲ ਪਤਾ ਲੱਗ ਗਈ, ਢਲਾਣ ਹੁੰਦੀ ਕੀ ਹੈ ਇਹ ਵੀ ਪਤਾ ਲੱਗ ਗਿਆ, ਇਸ ਪੁਆਇੰਟ ਨੂੰ ਕੀ ਕਹਿੰਦੇ ਆ ਮੂਲ ਬਿੰਦੂ ਇਹ ਵੀ ਪਤਾ ਲੱਗ ਗਿਆ। ਆ ਜਾਓ ਹੁਣ ਅੱਗੇ, ਠੀਕ ਆ। ਹੁਣ ਇੱਕ ਚੀਜ਼ ਹੋਰ, ਤੁਸੀਂ ਕਹੋਗੇ ਦੁਬਾਰਾ ਫਿਰ ਉੱਥੇ ਲਿਆ ਯਾਰ ਇਹ ਚੰਗਾ ਬੰਦਾ, ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਆ ਲਓ ਜੀ, ਕਿਸੇ ਨੇ ਕਹਿ ਤਾ ਕਿ ਇੱਕ ਪਾਸੇ ਦੂਰੀ ਜਾਂ ਵਿਸਥਾਪਨ ਆ, ਕੋਈ ਚੱਕਰ ਨਹੀਂ ਗਾ, ਇੱਕ ਪਾਸੇ ਦੂਰੀ ਜਾਂ ਵਿਸਥਾਪਨ ਆ, ਇੱਕ ਪਾਸੇ ਦੂਰੀ ਆ, ਇੱਕ ਪਾਸੇ ਸਮਾਂ ਹੈ, ਠੀਕ ਆ। ਦੂਰੀ ਸਮਾਂ ਗ੍ਰਾਫ ਵਿੱਚ ਕੋਈ ਐਵੇਂ ਬਣੀ ਹੋਵੇ ਲਾਈਨ, ਐਵੇਂ
ਭਾਵੇਂ ਸਿੱਧੀ ਇਹਦਾ ਮਤਲਬ ਤੁਸੀਂ ਉਨੇ ਸਮੇਂ ਵਿੱਚ ਉਨੀ ਦੂਰੀ ਉਨੇ ਸਮੇਂ 'ਚ ਉਨੀ ਦੂਰੀ ਤਾਂ ਤੁਹਾਡੇ ਗ੍ਰਾਫ ਸਿੱਧੇ ਬਣ ਰਹੇ ਆ ਨਾ ਐਵੇਂ ਉਨੇ ਸਮੇਂ ਵਿੱਚ ਉਨੀ ਦੂਰੀ ਹੀ ਤੈਅ ਕੀਤੀ ਹੈ ਜਦੋਂ ਤੁਹਾਡਾ ਗ੍ਰਾਫ ਇਸ ਤਰੀਕੇ ਦਾ ਸਿੱਧੀ ਲਾਈਨ ਹੋਵੇ ਜਦੋਂ ਤੁਹਾਡਾ ਗ੍ਰਾਫ ਇਸ ਤਰੀਕੇ ਨਾਲ ਸਿੱਧੀ ਲਾਈਨ ਹੋਵੇ ਤਾਂ ਤੁਸੀਂ ਇੱਕ ਗੱਲ ਯਾਦ ਰੱਖਿਓ ਦੂਰੀ ਸਮਾਂ ਗ੍ਰਾਫ 'ਤੇ ਇਸ ਪ੍ਰਕਾਰ ਦਾ ਗ੍ਰਾਫ ਹੁੰਦਾ ਹੈ ਯੂਨੀਫਾਰਮ ਮੋਸ਼ਨ ਯਾਨੀ ਕਿ ਸਮਾਨ ਗਤੀ ਜਦੋਂ ਕੋਈ ਸਮਾਨ ਗਤੀ ਨਾਲ ਬਿਨਾਂ ਆਪਣੀ ਗਤੀ ਨੂੰ ਵਧਾਏ ਘਟਾਏ ਚੱਲ ਰਿਹਾ ਹੋਵੇ ਤਾਂ ਉਹਦਾ ਗ੍ਰਾਫ ਹਮੇਸ਼ਾ ਐਵੇਂ ਦਾ ਬਣਦਾ ਹੈ ਦੂਰੀ ਸਮੇਂ ਦਾ ਗ੍ਰਾਫ ਇਸ ਤਰੀਕੇ ਦਾ ਬਣਿਆ ਹੋਵੇ ਤਾਂ ਇਹਦਾ ਮਤਲਬ ਕਿ ਉਹ ਫਲਾਣੀ ਗੱਡੀ ਇੱਕ ਸਮਾਨ ਗਤੀ 'ਤੇ ਜਾ ਰਹੀ ਹੈ ਅਤੇ ਜੇ ਕਿਸੇ ਨੇ ਕਹਿਤਾ ਕਿ ਦੂਰੀ ਸਮਾਂ ਗ੍ਰਾਫ ਐਵੇਂ ਬਣਿਆ ਹੈ ਜੇ ਕਿਸੇ ਨੇ ਕਹਿਤਾ ਕਿ ਦੂਰੀ ਸਮਾਂ ਗ੍ਰਾਫ ਐਵੇਂ ਬਣਿਆ ਹੈ ਇਹਦਾ ਮਤਲਬ ਕੀ ਆ ਕਿ ਪਹਿਲਾਂ ਸਮਾਂ ਵੱਧ ਰਿਹਾ ਸੀ ਉੱਪਰ ਨੂੰ ਦੂਰੀ ਨਹੀਂ ਸੀ ਵੱਧ ਰਹੀ ਇਹਦਾ ਮਤਲਬ ਗੱਡੀ ਹੌਲੀ ਚੱਲ ਰਹੀ ਸੀ ਫਿਰ ਅੱਗੇ ਆ ਕੇ ਅਚਾਨਕ ਦੂਰੀ ਵਧਣ ਲੱਗ ਪਈ ਪਰ ਸਮਾਂ ਘਟਣ ਲੱਗ ਪਿਆ ਇਹਦਾ ਮਤਲਬ ਬਹੁਤ ਜ਼ਿਆਦਾ ਦੂਰੀ ਬੜੇ ਸੋਹਣੇ ਸਮੇਂ ਥੋੜ੍ਹੇ ਸਮੇਂ 'ਚ ਹੀ ਤੈਅ ਕਰ ਲਈ ਗਈ ਇਹਦਾ ਮਤਲਬ ਕਿਤੇ ਦੂਰੀ ਕਿਤੇ ਸਮਾਂ ਜ਼ਿਆਦਾ ਲੱਗ ਰਿਹਾ ਉੱਪਰ ਜਾ ਕੇ ਦੂਰੀ ਵੱਧ ਦੂਰੀ ਜ਼ਿਆਦਾ ਤੈਅ ਹੋ ਰਹੀ ਹੈ ਸਪੀਡ ਵੱਧ ਗਈ ਇਹਦਾ ਮਤਲਬ ਇਸ ਪ੍ਰਕਾਰ ਦਾ ਜਿਹੜਾ ਗਤੀ ਹੁੰਦੀ ਆ ਉਹਨੂੰ ਆਪਾਂ ਇੱਕ ਸਮਾਨ ਗਤੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਕਹਾਂਗੇ ਨਾ ਸਮਾਨ ਗਤੀ ਕਿਹੜੀ ਹੈ ਜੀ ਇਹ ਨਾ ਸਮਾਨ ਗਤੀ ਅਤੇ ਪਰ ਇੱਕ ਗੱਲ ਦੇਖੋ ਦੂਰੀ ਸਮਾਂ ਗ੍ਰਾਫ ਐਵੇਂ ਵੀ ਹੋ ਸਕਦਾ ਹੈ ਦੂਰੀ ਸਮਾਂ ਗ੍ਰਾਫ ਇਸ ਤਰੀਕੇ ਨਾਲ ਵੀ ਹੋ ਸਕਦਾ ਹੈ ਇਹਦਾ ਮਤਲਬ ਆ ਸਮੇਂ ਦੇ ਨਾਲ ਨਾਲ ਸਮੇਂ ਦੇ ਨਾਲ ਨਾਲ ਦੂਰੀ ਜਿਹੜੀ ਆ ਠੀਕ ਆ ਉਹ ਪਹਿਲਾਂ ਨਾਲੋਂ ਘੱਟ ਰਹੀ ਆ ਇਹਦਾ ਮਤਲਬ ਇਹ ਆ ਕਿ ਗਤੀ ਵੱਧ ਰਹੀ ਆ ਇਹਦਾ ਮਤਲਬ ਉਹ ਹੁੰਦਾ ਗ੍ਰਾਫ ਦਾ ਮੂੰਹ ਉੱਪਰ ਨੂੰ ਖੁੱਲ੍ਹੇ ਤਾਂ ਗਤੀ ਵੱਧ ਰਹੀ ਆ ਗ੍ਰਾਫ ਦਾ ਮੂੰਹ ਥੱਲੇ ਨੂੰ ਖੁੱਲ੍ਹੇ ਤਾਂ ਗਤੀ ਘੱਟ ਰਹੀ ਆ ਪਰ ਚਾਹੇ ਵੱਧ ਰਹੀ ਆ ਚਾਹੇ ਘੱਟ ਰਹੀ ਆ ਫਿਰ ਉਹ ਇੱਕ ਸਮਾਨ ਤਾਂ ਨਹੀਂ ਨਾ ਰਹੀ ਇਹਦਾ ਮਤਲਬ ਇਹ ਨਾ ਸਮਾਨ ਵਾਲੀ ਤਰੀਕ ਚੀਜ਼ ਆ ਇਹ ਪਰ ਜੇ ਕੋਈ ਮੈਨੂੰ ਕਹੇ ਕਿ ਇੱਕ ਸਮਾਨ ਗਤੀ ਆ ਫਿਰ ਆਏ ਅਤੇ ਜੇ ਕਿਸੇ ਨੇ ਕਹਿਤਾ ਕਿ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਅਤੇ ਗਤੀ ਜਿਹੜੀ ਆ ਉਹ ਬਿਲਕੁਲ ਵੀ ਤੈਅ ਨਹੀਂ ਕੀਤੀ ਜਾ ਰਹੀ ਫਿਰ ਉਸ ਤਰੀਕੇ ਦਾ ਗ੍ਰਾਫ ਐਵੇਂ ਬਣਦਾ ਹੈ ਕਿ ਸਮਾਂ ਬੀਤੀ ਜਾ ਰਿਹਾ ਹੈ ਤੁਸੀਂ ਉੱਪਰ ਨੂੰ ਬਿਲਕੁਲ ਵੀ ਨਹੀਂ ਜਾ ਰਹੇ ਤੁਸੀਂ ਉੱਪਰ ਨੂੰ ਜੇ ਪੇਪਰ 'ਚ ਆ ਗਿਆ ਕਿ ਦੂਰੀ ਸਮਾਂ ਗ੍ਰਾਫ ਕਿਵੇਂ ਬਣਦੇ ਆ ਦੂਰੀ ਸਮਾਂ ਗ੍ਰਾਫ ਜੇ ਸਿੱਧੀ ਲਾਈਨ ਆ ਮੂਲ ਬਿੰਦੂ 'ਚੋਂ ਨਿਕਲ ਕੇ ਜਾ ਰਹੀ ਹੈ ਇੱਕ ਢਲਾਣ 'ਤੇ ਇਹਦਾ ਮਤਲਬ ਉਹ ਵਾਲੀ ਗਤੀ ਜਿਹੜੀ ਆ ਉਹ ਇੱਕ ਸਮਾਨ ਗਤੀ ਆ ਅਤੇ ਜਿਹੜੀਆਂ ਆਹ ਦੋ ਨੇ ਇਹ ਨਾ ਸਮਾਨ ਨੇ ਕਿਉਂ ਇਹਦੇ 'ਚ ਪਤਾ ਕੀ ਆ ਪਹਿਲੇ ਕੇਸ ਦੇ ਵਿੱਚ ਤੁਹਾਡੀ ਗਤੀ ਵੱਧ ਰਹੀ ਆ ਜਾਂ ਤੁਹਾਡੀ ਚਾਲ ਵੱਧ ਰਹੀ ਆ ਅਤੇ ਦੂਜੇ ਕੇਸ 'ਚ ਤੁਹਾਡੀ ਚਾਲ ਕੀ ਹੋ ਰਹੀ ਆ ਥੱਲੇ ਨੂੰ ਆ ਰਹੀ ਆ ਘੱਟ ਰਹੀ ਆ ਇਹਨੂੰ ਕਹਿੰਦੇ ਆ ਘੱਟ ਰਹੀ ਚਾਲ ਇਹਨੂੰ ਕਹਿੰਦੇ ਆ ਵੱਧ ਰਹੀ ਚਾਲ ਇਹਨੂੰ ਕਹਿੰਦੇ ਆ ਕਿ ਚੀਜ਼ ਉੱਥੇ ਹੀ ਖੜੀ ਹੋਈ ਆ ਸਟਿੱਲ ਆ ਉੱਥੇ ਬਿਲਕੁਲ ਵੀ ਨਹੀਂ ਗੀ ਅਤੇ ਜੇ ਕੋਈ ਕਹਿੰਦੇ ਇਹਨੂੰ ਕੀ ਕਹਿੰਦੇ ਆ ਇੱਕ ਸਮਾਨ ਚਾਲ ਕਿ ਲਗਾਤਾਰ ਸਮਾਨ ਇੱਕ ਇੱਕ ਪੱਕੇ ਫਿਕਸ ਹਿਸਾਬ ਨਾਲ ਹੀ ਚਾਲ ਚੱਲ ਰਹੀ ਆ ਇਸ ਤੋਂ ਅੱਗੇ ਕੁਛ ਹੈ ਹੀ ਨਹੀਂ ਆਹ ਦੱਸੋ ਜੀ ਗੱਲ ਸਮਝ ਆ ਗਈ ਹੁਣ ਮੈਂ ਆਹ ਪੰਜ ਕੁ ਗ੍ਰਾਫ ਤੁਹਾਡੇ ਸਾਹਮਣੇ ਪੱਕੇ ਕਰਤੇ ਅਤੇ ਇਹ ਪੇਪਰ ਵਿੱਚ ਆ ਸਕਦੇ ਆ ਠੀਕ ਆ ਨੈਕਸਟ ਅੱਗੇ ਆ ਜਾਓ ਹੁਣ ਮੈਂ ਦੱਸਣਾ ਚਾਹੁੰਦਾ ਕਿ ਬਈ ਜੇ ਸਾਨੂੰ ਕਿਸੇ ਨੇ ਕਹਿਤਾ ਸੁਣੋ ਮੇਰੀ ਗੱਲ ਆਹ ਤੁਹਾਡੇ ਕੋਲ ਫਾਰਮ ਸੀ ਇੱਕ ਉਹਦੀ ਲੰਬਾਈ ਐੱਲ ਆ ਅਤੇ ਚੜ੍ਹਾਈ ਬੀ ਆ ਜੇ ਮੈਂ ਤੁਹਾਨੂੰ ਕਹਾਂ ਕਿ ਇਹਦਾ ਖੇਤਰਫਲ ਕੱਢ ਕੇ ਦਿਓ ਤਾਂ ਤੁਸੀਂ ਕੀ ਕਹੋਗੇ ਭਲਾ ਏ ਬਰਾਬਰ ਹੈ ਐੱਲ ਗੁਣਾ ਬੀ ਇਹਦਾ ਮਤਲਬ ਜੇ ਦੋ ਵੱਖਰੀ ਵੱਖਰੀ ਦਿਸ਼ਾ ਦੇ ਵਿੱਚ 90 ਡਿਗਰੀ ਦੇ ਕੋਣ ਵਾਲੀ ਦਿਸ਼ਾ 'ਚ ਕੋਈ ਵੀ ਚੀਜ਼ ਪਈ ਹੋਈ ਆ ਉਹਦਾ ਖੇਤਰਫਲ ਇਹਨੂੰ ਇਹਦੇ ਨਾਲ ਗੁਣਾ ਕਰਕੇ ਆ ਸਕਦਾ ਹੈ ਆ ਹੀ ਜਾਂਦਾ ਹੈ ਅਕਸਰ ਆ ਜਾਂਦਾ ਇਹਨੂੰ ਗੁਣਾ ਕਰਕੇ ਹੁਣ ਮੈਨੂੰ ਇੱਕ ਗੱਲ ਦੱਸੋਗੇ ਬੜੇ ਗੌਰ ਨਾਲ ਸਾਨੂੰ ਇੱਕ ਗੱਲ ਪਤਾ ਕਿ ਗਤੀ ਵੇਗ ਬਰਾਬਰ ਹੈ ਡਿਸਪਲੇਸਮੈਂਟ ਯਾਨੀ ਕਿ ਵਿਸਥਾਪਨ ਬਟੇ ਸਮਾਂ ਵੇਗ ਬਰਾਬਰ ਹੈ ਵਿਸਥਾਪਨ ਬਟੇ ਸਮਾਂ ਤੁਸੀਂ ਕਹੋਗੇ ਜੇ ਵੇਗ ਆ ਤਾਂ ਉੱਪਰ ਬਾਰ ਕਿਉਂ ਨਹੀਂ ਪਾਏ ਕੋਈ ਚੱਕਰ ਨਹੀਂ ਯਾਰ ਅਤੇ ਜੇ ਮੈਂ ਇਹ ਕਹਾਂ ਕਿ ਵਿਸ ਵੀ ਗੁਣਾ ਟੀ ਬਰਾਬਰ ਹੈ ਡੀ ਇਹਦਾ ਕੀ ਮਤਲਬ ਆ ਵੀ ਗੁਣਾ ਟੀ ਬਰਾਬਰ ਹੈ ਵੀ ਗੁਣਾ ਟੀ ਬਰਾਬਰ ਹੈ ਡੀ ਇਹਦਾ ਕੀ ਮਤਲਬ ਆ ਵੀ ਗੁਣਾ ਟੀ ਦਾ ਮਤਲਬ ਆ ਕਿ ਬਈ ਤੁਹਾਡਾ ਜਿਹੜਾ ਗ੍ਰਾਫ ਆ ਜਿਹੜਾ ਬਣਿਆ ਹੋਇਆ ਹੈ ਇੱਕ ਪਾਸੇ ਤੁਹਾਡੇ ਵੀ ਬਣਿਆ ਹੈ ਇੱਕ ਪਾਸੇ ਟੀ ਬਣਿਆ ਹੈ ਤਾਂ ਵੀ ਨੂੰ ਟੀ ਨਾਲ ਗੁਣਾ ਕਰਕੇ ਡਿਸਪਲੇਸਮੈਂਟ ਆ ਗਈ ਅਤੇ ਤੁਹਾਨੂੰ ਪਤਾ ਜਦੋਂ ਆਪਾਂ ਨੂੰ ਇੱਥੇ ਗ੍ਰਾਫ ਬਣਿਆ ਹੋਊਗਾ ਐਵੇਂ ਜੇ ਕਰਕੇ ਗ੍ਰਾਫ ਬਣਿਆ ਹੋਊਗਾ ਤੁਹਾਨੂੰ ਪਤਾ ਹੈ ਕਿ ਇਹਨੂੰ ਇਹਦੇ ਨਾਲ ਗੁਣਾ ਕਰ ਦਈਏ ਤਾਂ ਇਹੀ ਆਪਣੇ ਆਪ ਦੇ ਵਿੱਚ ਏਰੀਆ ਹੁੰਦਾ ਹੈ ਲੈਂਥ ਇੰਟੂ ਬ੍ਰੈਥ ਇਜ਼ ਏਰੀਆ ਤੁਸੀਂ ਕਹੋਗੇ ਇਹ ਕਿਵੇਂ ਪਤਾ ਲੱਗਾ ਕਿ ਇਹ ਲੈਂਥ ਇੰਟੂ ਬ੍ਰੈਥ ਹੀ ਆ ਉਹ ਭਾਈ ਇੱਧਰਲੇ ਪਾਸੇ ਵੀ ਹੋਵੇ ਇੱਧਰਲੇ ਪਾਸੇ ਟੀ ਹੋਵੇ ਇੱਕ ਇੱਧਰ ਨੂੰ ਆ ਇੱਕ ਇੱਧਰ ਨੂੰ ਆ ਆਹ ਵਿਚਲਾ ਖੇਤਰਫਲ ਨਹੀਂ ਆ ਗਿਆ ਇਹ ਤਾਂ ਪਤਾ ਕਰਨਾ ਬਹੁਤ ਈਜ਼ੀ ਆ ਇਹਦੇ 'ਚ ਤਾਂ ਕੋਈ ਔਖੀ ਗੱਲ ਹੈ ਹੀ ਨਹੀਂ ਵੀ ਨੂੰ ਟੀ ਨਾਲ ਗੁਣਾ ਕਰਕੇ ਡੀ ਆਉਂਦਾ ਹੈ ਇਹਦਾ ਮਤਲਬ ਕਦੇ ਵੀ ਪੇਪਰ 'ਚ ਪੁੱਛ ਲਿਆ ਨਾ ਕਿ ਵੇਗ ਸਮੇਂ ਦੇ ਗ੍ਰਾਫ ਦਾ ਖੇਤਰਫਲ ਕੀ ਦੱਸਦਾ ਹੈ
वेग समय ग्राफ का खेत्रफल, जो वेग ते समय का ग्राफ बनया होगा, वेग समय ग्राफ का खेत्रफल, वेग समय ग्राफ का खेत्रफल विस्थापन बारे दसदा है। किहदे बारे दसदा है? विस्थापन बारे। ये लिख लियो, गल नोट कर लियो। देखो एक गल तो बड़ी क्लीयर आ, विस्थापन समय का ग्राफ जिहड़ा है उहदी जिहड़ी ढलाण आ जे तो बिल्कुल सीधी आ, जे तो बिल्कुल सीधी आ, जिवें आ सीगी, आ मैनूं लगदा मैं दसणी भुल गया उत्थे डिस्टेंस टाइम वाले च कि बई जे कोई लाइन सीधी वज जाए यदा की मतलब, मैंने ये भी नहीं याद कि मैं पढ़ाया पहला कि नहीं, जे कोई लाइन सीधी वज जाए यदा मतलब थोड़ी डिस्प्लेसमेंट हो ही नहीं रही, तुसी उत्थे दे उत्थे ही खड़े हो। ये भी गल मैं लगता ही मैं पिछले भुल गया, शायद नहीं भुलिया, मैंने याद भी आ गया। जे तुहानू किसी ने पूछ लिया कि वेग समा ग्राफ का एक वेग समय नाल संबंधित एक ग्राफ दिता गया है उहदा खेत्रफल की आऊगा, वह आऊगा विस्थापन, किन्ना तुसी दूरी तय की है, मेरी गल समझ गए, तुसी किन्नी दूरी तय की है ये इत्थों पता लगता है, किसी कोई डाउट ये। सो यह कॉन्सैप्ट अपने ये संबंधित, इस चैप्टर संबंधित, ये संबंधित एक होर चक्क, एक होर चीज़ जी अपने पेपर के बहुत ज़्यादा पूछी जाती है वह रह गई, जिहड़ी चीज़ अपने पेपर च पूछी जाती है उन्हूं कहिंदे आ एक समान चक्करकार गति, यूनिफॉर्म सर्कुलर मोशन, एक समान चक्करकार गति, एक समान चक्करकार गति। इहदा की मतलब आ कि तुसी एक चक्कर च रहे, तुसी एक चक्कर विच रहे, ठीक है, तुसी एक चक्करकार गति दे विच रहे ते तुसी किसी भी पल अपनी गति, अपनी चाल नूं घटाउण दी कोशिश नहीं कीती। मैनूं एक गल दसो, चाल तो एक बराबर रह सकती है, जे कोई चीज़ चक्करकार च घूम रही है कि उहदी वेग एक समान रहूगी? वेग तुसी कहोगे वेग भी तो उही चीज़ हुंदी है, ना 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 ना, वेव का मतलब हुंदा है एक तो मान पता करना कि वैल्यू आई कितनी है, प्लस एक चीज़ होर सी उहदे च वैल्यू कितनी है, तो एक आपां नूं पता है कि उहदी दिशा कितनी है। तुहानूं पता है जिहदे कोल अपनी वैल्यू भी होवे ते दिशा भी होवे उस चीज़ नूं आपां कहिंदे आ सदिशा। की कहिंदे आ? सदिशा। इसे करके मैं कहना कि वेग एक सदिशा है, वजह क्योंकि वेग दी, वेग कोल अपना मान भी आ ते दिशा भी है। जे मैं तुहानूं इह कहां कि गति नहीं बदल रही, एक समान गति है, कि इस मोशन कोल, इस गति कोल, कि इस गति कोल, कि इस गति कोल, इस गति की वेग जिहड़ी आ कि उह कदी जीरो आ सकती है, जां वेग विच बदलाव कदी जीरो आ सकता है? नहीं। तुसी जिन्ना मर्जी अपनी वेग नूं एक समान कोशिश कर लो, वेग दे विच दो चीज़ां आउंदियां है, मान। तुसी मन लो कि सारे चक्कर च, सारे ग्राउंड दे विच 40 दी स्पीड नाल गड्डी भजाई जाओगे, तुसी इस ग्राउंड च 40 दी स्पीड नाल गड्डी भजाई जाओगे, मैं मनदा इह गल कि तुसी 40 दी स्पीड नाल गड्डी भजाई जाओगे, पर तुहानूं नहीं पता कि हर पल तुहाडी किहड़ी चीज़ जिहड़ी बदल रही है, हर पल थोड़ी दिशा बदल रही है। की बदल रही है? दिशा। तो जे दिशा बदल जाए, जां मान बदल जाए, जां दोवें बदल जाण, तां वेग दे विच की आ जांदा है? भला बदलाव। इहदा मतलब एक गल तां बड़ी क्लीयर आ कि बई जदों तुसी चक्करकार गति नाल जा रहे होवो, एक चक्कर च घूम रहे होवो, कदें भी एवें नहीं हो सकता कि थोड़ी वेग ना बदले। तुसी कहोगे तुसी तां मोटरसाइकिल 40 दी स्पीड तो चेंज ही नहीं किया, वेग दे विच कल्ला मान नहीं आउंदा, उहदे नाल नाल दिशा भी आउंदी है। तो तुहानूं पता साइकल चक्कर घूम, चक्कर विच घूमदे होए हर पल दिशा बदलदी है, हर पल, तो दिशा बदलने नाल ओबियस जी गल आ अपनी जिहड़ी उह आ वेग आ जिहड़ी उह भी बदल जाती है। उम्मीद करदा कि यह कॉन्सैप्ट तुहानूं चंगी तरह समझ आए होणगे कि एक समान चक्करकार गति की आ, आ की आ, ओ की आ, ठीक है। ये अपना पहला गति वाला चैप्टर सीगा। हुण तुसीं कहोगे कि इस गति वाले चैप्टर दे विच्चों पेपर च सवाल किवें आउणगे, सानूं तां सिर्फ उहदे नाल मतलब आ। मेरी भी कोशिश यही आ कि घट्टो घट तुहानूं जिहड़ी चीज़ नाल मतलब आ उहदे तक तुहानूं पहुँचाया जाए, ठीक है जी। आ जाओ आपां सारे मिलके कोशिश करांगे इन्हां सवालां नूं हल करन दी, ठीक है। ये बहुत सवाल ने जिहड़े तुहाडे पेपर च आ सकदे होणगे, इन्हां सवालां नूं एवें दे सवाल तुहाडे पेपर च आउणगे, ठीक है। ते मास्टर क्लासिस पटियाला दे नाल जदों तुसीं साडा चैनल मास्टर क्लासिस पटियाला दी ऐप ते स्पैशल ETT दा बैच शुरू होण जा रहा है एक दो दिनां दे अंदर अंदर, ठीक है ना। तां मैं कल तक अनाउंसमेंट भी करूँगा ते तुहानूं कॉन्टैक्ट नंबर भी दूंगा कि तुसीं किस नंबर ते कॉन्टैक्ट करके साडा बैच जॉइन कर सकदे हो। तां असल दे विच की होऊगा, हुण असीं करांगे न्यूमेरिकल्स, ठीक है, किस तरीके नाल गति नाल संबंधित सवाल जिहड़े आ जी पेपर दे विच सानूं परेशान करनगे।
आ जाओ जी हुण, ठीक है। तो लो जी नैक्सट चलते हैं जी आप। हाँ जी, स्वैचालित वाहन का ऑडोमीटर। मैं कल वाले लैक्चर च एक गल ते बड़ा जोर दिता सी कि ऑडोमीटर की दसदा हुंदा है दूरी। कल याद आ कि एक गड्डी दे ऑडोमीटर ने 2000 किलोमीटर दिखाए, फिर उस तो बाद वो चलिया ते अंत तक जाते जाते 3800 किलोमीटर दिखाए। याद आ ना, मैं कल दसी भी सी ये गल, ऑडोमीटर हमेशा की दसदा है दूरी दसदा है। आ चको पहला सवाल डन, आ जाओ दूजे सवाल ते। हेठां दिखाए ग्राफां विचों किहड़ा ग्राफ वस्तु की एक समान गति बारे दसदा है। देखो एक गल बड़ी क्लीयर आ, इस पासे लिखिया है डिस्टेंस, डिस्टेंस का मतलब हुंदा है दूरी। इस पासे लिखिया है टाइम, तो टाइम का मतलब हुंदा है समा, ठीक है ना। तुहानू मैं ये भी दस्या सीगा कि दूरी समा ग्राफ, एक पासे दूरी एक पासे समा। जे तो ग्राफ एवें आ, इहदा मतलब चीज़ हिल ही नहीं रही, तो जे ग्राफ एवें आ इहदा मतलब एक समान गति। दूरी समा ग्राफ जे एवें आ तां एक समान गति, जे वो ग्राफ एवें आ ते गति लगातार जां चाल लगातार वध रही है, स्पीड लगातार वध रही है, ते जे ग्राफ एवें आ दूरी समय ग्राफ एवें आ तां इहदा मतलब ये आ कि स्पीड लगातार घट रही है, चाल लगातार घट रही है। उन्होंने कहा एक समान गति, मतलब इस प्रकार का निशाना भालदे सी ओह, ते जिस प्रकार का निशाना भालदे सी ओह आ रहा एडे वाला। आ देखो सारी रिविजन भी हो गई अपनी, ते आपां नूं अपने सवालों के जवाब भी मिलन लग पे। कहिंदा अगला सवाल, तुहाडी साइकिल 20 सकिंटा विच 5 मीटर प्रति सैकेंड की चाल प्राप्त करती है, प्रवेग पता करो। तुहाडी गड्डी 5 सकिंटा 20 सकिंटा विच, जाने कि 20 सकिंट लैके थोड़ी गड्डी ने 20 सकिंट लाए, तो उहदे च थोड़ी गड्डी की स्पीड जिहड़ी आ 5 मीटर पर सैकेंड तक वध प्राप्त हो गई। इहदा मतलब कई बार नहीं भी दस्या हुंदा, तो असीं मन के चलते हाँ कि शुरू वाली स्थिति विच गड्डी की स्पीड 0 सीगी क्योंकि गड्डी रुकी हुई सी, तो बाद वाली स्पीड में आपां 20 मन के चलते हाँ। वैसे भी पेपर पाउण वाले नूं इस गल का ध्यान रखना चाहिए है कि वह ये जरूर दसे कि एक रुकी हुई स्थिति तो एक गड्डी स्टार्ट हुई है। यू 0 आ गया, वी 5 आ गया, टी आ गया, तो पुछया की है प्रवेग 20, तो तुहानूं पता ही है कि वी बराबर है यू प्लस ए टी। ये सवाल मैं फार्मूला ये समीकरण मैं क्यों ला रहा, क्योंकि मैं पता है कि गति वध के वी 5 हो चुकी है, शुरू वाली 0 सी, ए किन्ना है मैनू पता नहीं, तो टाइम किन्ना है 20 सकिंट। आ 20 परले पासे आ गया तो ए की वैल्यू आ गई अपने को 1/4, ए की वैल्यू कितनी आ गई 1/4, यानी कि 0.25 मीटर पर सैकेंड स्केयर एवें आता है। हुण अगे अगला सवाल, दूरी किस प्रकार की राशि है, मतलब डिस्टेंस इज विच टाइप ऑफ फिजिकल क्वांटिटी। तो तुहानूं मैं दस्या भी सीगा कि दूरी दूरी ते चाल, दूरी ते चाल ये दोवें क्वांटिटियां जिहड़ियां ने ये दिशा है, ते डिस्प्लेसमेंट यानी कि विस्थापन, वेग ते प्रवेग, ये तिन्ने चीज़ां जिहड़ियां ने वैक्टर क्वांटिटीज़ ने। ये की ने भला वैक्टर क्वांटिटीज़, ये की ने भला स्केलर। स्केलर का मतलब हुंदा तुहाडे कोल सिर्फ अपना मान होगा, वैल्यू होगी, दिशा नहीं हो सकती, तो उहदा मतलब की हुंदा विस्थापन वगैरह का, जां जिहनूं आपां वैक्टर कह दिंदे पंजाबी अंग्रेजी च वैक्टर क्वांटिटी, ठीक है, तो पंजाबी च कह दिंदे आ सिधा सदिशा, सॉरी ठीक है सदिशा राशि। तो जिहड़ी उह सदिशा सदिशा राशि आ उहदियां उदाहरणां की ने, विस्थापन, वेग ते प्रवेग। तो इहदियां अपने वाली दियां किहड़ियां किहड़ियां उदाहरणां ने जिहड़ियां आपां पढ़ के आउने आ, ठीक है, जिहनूं आपां कह दिंदे आ स्केलर क्वांटिटीज़ जां कह दिंदे आ अदिशा राशियां। वह किहड़ियां ने, एक डिस्टेंस यानी कि दूरी, एक स्पीड यानी कि स्पीड यानी कि चाल, ठीक है। आ चको कि दूरी एक स्केलर प्रकार की राशि है, ठीक है। जे इत्थे पाया हुंदा वेग तो वह एक वैक्टर क्वांटिटी की राशि, वैक्टर प्रकार की राशि है, ठीक है ना। सो ये हो गया अपना अगला सवाल, हवा विच प्रकाश की चाल कितनी हुंदी है, प्रकाश लाइट की स्पीड। ताड़े जो शायद कई ना पता हो कि लाइट की स्पीड होंगी है 3 के मगर इन्ने मीटर पर सैकेंड, तो आवाज़ आवाज़ की स्पीड तो कुछ भी नहीं होंगी, अप्रोक्सीमेटली दस रहा 300 मीटर पर सैकेंड, अप्रोक्सीमेटली 300 मीटर पर सैकेंड, ठीक है ना। इन्नी क होंगी है, ये साउंड की स्पीड होंगी है, मतलब कि आवाज़ की चाल होंगी है, ये लाइट की चाल है। दसोगे साढ़े तक जो साढ़े तक पहला सूरज की आवाज़ आऊगी कि सूरज की रोशनी आऊगी, रोशनी वजह क्योंकि सूरज की प्रकाश की चाल जी कि 3 के मगर 8 0 मीटर पर सैकेंड, इन्नी ज़्यादा है।
पता ना ये गल ते मैं तुहानू इह वी गल दसदा इत्थों धरती तक आउंदे आउंदे सूरज की जिहड़ी प्रकाश की जिहड़ी रोशनी है वो 8 मिनट ला दिंदी है किन्ना टाइम ला दिंदी है जी 8 मिनट ला दिंदी है पेपर च आ जांदा हुंदा सवाल सूरज की रोशनी धरती की तह तक सतह तक पहुँचने लई किन्ना समा लैंदी है 8 मिनट किन्ना समा लैंदी है जी 8 मिनट पेपर च आ सकदा मैं नाल वो भी गल्लां दस रहा प्रकाश की चाल किन्नी है 3 दे मगर 8 जीरोआं इहनूं एवें भी लिखिया जा सकदा है 3×10^8 मीटर पर सैकेंड ठीक है जे तुहानूं कोई पुछ लैंदा कि जी आवाज़ की गति दसो मैं एग्जैक्टली दस दिना कहनू चक्करां च पैना है 332 मीटर पर सैकेंड किन्नी हुंदी है 332 मीटर पर सैकेंड आ जाओ अगले सवाल ते प्रवेग दा मात्रक की हुंदा है मात्रक दा मतलब हुंदा इकाई तां प्रवेग दी की हुंदी है जां ते होगी किलोमीटर प्रति घंटियां दा स्केयर जां होगी मीटर प्रति सकिंटां दा स्केयर ठीक है ना ये मैं प्रूव भी करया सीगा कल इस करके प्रवेग दी इकाई जां मात्रक जिहड़ा है वह मीटर पर सैकेंड स्केयर आया है आ बिल्कुल सही जवाब आ ठीक है जी हुण अगला सवाल अपना यह कहता है कि घड़ी की सैकेंडा वाली सूई के सिरे की गति किहो जी हुंदी है देखो आ घड़ी है घड़ी के सैकड़े वाली सूई आ मान लो ये इत्थे है फिर इत्थे है फिर घड़ी सूई इत्थे है फिर घड़ी की सूई इत्थे है वह ऐं घूम रही है पर घड़ी की सूई कदे अपनी स्पीड नूं तेज या घट नहीं करती पता ना ये गल पर घूमती कहदे च एक चक्कर च घूमती है सकिंटा वाली सूई इस करके उहदी गति कि हुंदी है चक्राकार गति कि गति हुंदी है जी उहदी एक चक्राकार सर्कूलर मोशन आ जी उहदा एक चक्राकार गति उहदे च पुछिया इही सी ना कि इहदी गति किहो जी हुंदी है किड्डे सौखे सवाल आ हुण आ जाओ अगला सवाल बड़ा इंपॉर्टेंट सवाल आ ते मेरी कोशिश यह है कि वो तो वो सवाल जिहड़े आ ऑब्जेक्टिव रूप दे विच तुहाडे तक पहुँचाए जाण ईवन के इस तो अगले सवाल भी मैं पढ़ाऊँगा सारे सवाल जिहड़े आ जी वो आपां सॉल्व करने आ तां जो तुहानूं वध तो वध जिहड़ा है वह फिजिक्स जिहड़ी आ जी वह समझ आवे ते तुहाडे दिलां चों फिजिक्स नूं लैके जो भी डर आ वह प्लीज़ निकले एक बार क्योंकि जो डर निकलूगा तां तुसीं कर सकदे हो कहिंदे जी एक डिस्टेंसड पोजिशन डिस्टेंस नूं ही कहिंदे आ दूरी नूं ही कहिंदे आ तुहानूं पता जे ग्राफ एवें दा होऊगा तां एक समान ग्राफ आ ठीक है जे एवें दा होऊगा फिर गति है ही नहीं चीज़ रुकी हुई है तो जे ग्राफ एवें दा है इहदा मतलब ये समान नहींगा ये असमान गति है बिल्कुल सही गल चलो ये तो पता लग गया टिक लग गई कि ये एक असमान गति है पर दस रहे हो कि लगातार समय के बीतण नाल इहदी गति वध रही है कि घट रही है पहला थोड़ी हुंदी सी हुण ज़्यादा होगी इस ग्राफ की गति पहला वध रही सी हुण घटन लग पी समझ आ रही है ना गल तो इत्थे की आ जिन्नी एक समान गति इत्थे की आ चीज़ रुकी हुई है चारे गल्लां समझाती हैं कि इत्थे गति वधदी आ इत्थे गति घटदी आ इत्थे गति एक समान रहिंदी आ इत्थे गति है ही नहीं आ चक्को जी सवाल खत्म अगे आ जाओ ठीक है वेग समा ग्राफ आ देखो जी बड़ी गल क्लीयर आ जे मैं तुहानूं इह कहां कि इधरले पासे चाल आ जाने कि स्पीड आ इधरले पासे समा है हुण एक गल दसो चाल की हुंदी है भला चाल नूं मन्निया मैं स्पीड वी वह हुंदी है डिस्टेंस बाय टाइम एस टी नूं उधर लै जाओ स्पीड गुणा टाइम बराबर है डिस्टेंस आही बनिया ना स्पीड गुणा टाइम बराबर है डिस्टेंस जदों मैं एक चीज़ नूं लेंथ वाले पासे लिख रहा हाँ एक नूं ब्रैथ वाले पासे लिख रहा हाँ इहदा मतलब दोवां नूं गुणा करके जो चीज़ आऊगी वह आऊगी उहनूं आपां की कहांगे एरिया पर सानूं पता नहीं लगता असीं एक चीज़ 'च उलझ जाने हाँ कि चाल बराबर है दूरी बटे समा ते वेग बराबर है विस्थापन बटे समा वेग बराबर है विस्थापन बटे समा वेग बराबर है विस्थापन बटे समा हुण सानूं एक गल पता है कि जे मैं टी नूं इधर लैके जाऊँगा लेंथ गुणा ब्रैथ एरिया हुंदा है जे तां पेपर च आ गया कि बई चाल समा ग्राफ का खेत्रफल की दसदा है चाल समा ग्राफ जे एक पासे चाल ते एक पासे समा है फिर ते आऊगा तुहाडा आंसर डिस्टेंस दूरी जे उन्होंने पूछ लिया कि वेग समा ग्राफ आ वेग गुणा समा बराबर है विस्थापन
इस करके लेंथ गुणा ब्रेथ अपने आप ही लेंथ गुणा टाइम अपने आप वी गुणा टी ही डी हुंदा ना अपने कोल। जे तां तुहानू उन्हां ने कहा कि वेग समा ग्राफ आ, तुसीं कहोगे उहदा खेत्रफल पता लगूगा विस्थापन, उहदे खेत्रफल तों की पता लगूगा विस्थापन। जे उन्होंने कहता कि चाल समा ग्राफ आ, उहदा जिहड़ा खेत्रफल आ उह की दसदा है, उह दूरी दसदा है। चाल समा ग्राफ का खेत्रफल दूरी दसदा है, वेग समा ग्राफ का खेत्रफल, वेग समा ग्राफ का खेत्रफल सानू विस्थापन दसदा है। ये गल अपनी कापी के साइड से नोट कर लियो, पहला भी दसी है तो दोबारा फिर दस रहे हैं ता जो तुहानू चंगी तरह तुहाडे पल्ले पै जाए तो तुहानू पता लगे कि पेपरां सवाल किवें पुछे जाते हैं। चाल की इकाई की है, चाल का मात्रक, चाल की हुंदी है स्पीड, तो उहदी इकाई की होगी किलोमीटर प्रति घंटा, मीटर प्रति सैकेंड, मीटर प्रति मिनट, घंट किलोमीटर प्रति मिनट, जो मर्जी कढ़ी जाओ इत्थे आ जी मीटर पर सैकेंड। तुसीं कहोगे आ वी तो ठीक लगता, इत्थे बटा नहीं सी हैगा, किलोमीटर प्रति घंटा नहीं सी हैगा, इत्थे इत्थे तां नहीं ठीक। उम्मीद करदा कि तुहानूं इह सवाल चंगी तरह समझ आ रहे होणगे। लो जी एक नमैरिकल आ गया, एक नमैरिकल आ गया, एक ट्रक दो घंटिया विच टाइम बराबर है दो घंटे, दस किलोमीटर दूरी यह करता है, सौ किलोमीटर औसत चाल, कुल दूरी बटे कुल समा पंजा, पंजा किलोमीटर प्रति घंटा, सवाल च ही कुछ नहीं सीगा। अगली गल, जे तुहानू किसी ने कहता कि एक अदिश राशि है, अदिश राशि किस द्वारा दर्शाई जाती है, उसके परिमाण द्वारा कि उसके दिशा द्वारा कि दोवां द्वारा, जे तो हुंदा अदिश राशि फिर तो जवाब आउंदा कल्ला परिमाण, पर उन्होंने कहा सदिश राशि, सदिश राशि का मतलब हुंदा है वैक्टर क्वांटिटी, तो वैक्टर को दो चीज़ा हुंदियां ही हुंदियां, एक उहदा अपना माप जानी कि परिणाम कि नतीजा की आया, तो दूजी गल दिशा, क्योंकि विस्थापन होवे सानू, विस्थापन होवे साडे कोल वेग होवे, ये हमेशा ही इस तरीके नाल हल हुंदे आ, ठीक है ना। नैक्सट उस तो बाद अगे आ जाओ, एक समान चक्राकार गति, एक समान चक्राकार गति, तुहानू पता मिनटां वाली जां सकिंटां वाली सुई इक्को समान ही घूमदी है, बस एक समान ही घूमी जाती है, घूमदी भी चक्कर च, इस करके एक समान चक्कर की सब तो वधिया उदाहरण सीगी घड़ी दियां सुइयां दी गति, क्योंकि वह इक्को समान रहिंदियां है ते पूरा गोला पूरा करदियां है। आ गल समझ आ गई ना, आ चक्को किहड़ा सूत्र दूरी का पता नहीं कर सकता हेठ लिखियां विच्चों, बई दूरी का मतलब हुंदा एस, आ भी कर सकता है, आ भी कर सकता है, आ भी कर सकता है, बई आ दसो इत्थों दूरी किवें पता लग जूगी, इहदे च तां कितें दूरी का जिक्र ही नहीं हैगा। अगली गल ठीक है जी, सो उम्मीद करदा कि ये सवाल हुण अगले सवाल जिहड़े आ तकरीबन तकरीबन इहदे च 28 तों 29 सवाल पाए गए आ, तां जो तुसीं इहनां नूं हल कर सको ते अपने हिसाब नाल तुसीं इहनां नूं किसी भी तरीके नाल कर सको। जिवें आ सवाल आ, हुण आ मैं कराया होया दूरी समा ग्राफ दी ढलाण, मैं दस्या भी सीगा कि दूरी समा ग्राफ दी ढलाण जिहड़ी आ उह सानूं चाल दसदी आ, ते मैं इह वी दसदा कि विस्थापन समा ग्राफ की ढलाण जिहड़ी हुंदी आ उह चाल नहीं, फिर वह वेग दसूगी, वह की दसूगी वेग दसूगी। जिवें मैं दसदा ना कि दूरी दूरी तो समय नूं रखांगे तो सानू चाल पता लगूगी, विस्थापन तो समय नूं पता रखांगे तो सानू की पता लगूगी वेग पता लगूगी। इस तरीके के सवाल जिहड़े आ बड़े सौखे आ तुहाडे वास्ते, ठीक आ। जेकर एक वस्तु आरंभिक बिंदु ए तो किसी होर बिंदु बी की दूरी एक्स तय करती है तो बिंदु बी तो वापस बिंदु ए तक आती है तो कुल विस्थापन कितना होगा, इत्थे गई इत्थे वापस आ गई, कुल विस्थापन सिफर, पंजाबी दे विच सिफर ते अंग्रेजी दे विच जीरो, एवें दे सवाल पेपर दे विच आउंदे आ तुहाडे, ठीक है ना। सो इस चीज़ ते बहुत ज़्यादा गौर करनी है तुसीं ते बहुत सीरीयसली इस कॉन्सैप्ट नूं समझना है। इहदे नाल की होया जिहड़ा बचिया होया गति दा चैप्टर सीगा, एक तां मैं उह कंप्लीट कराता ते इक आ एम सी क्यूज़ कराते, अपने एम सी क्यूज़ दा लैवल की होगा अपनी ही इस वीडियो दी डिस्क्रिप्शन बॉक्स च जायो, थले डिस्क्रिप्शन बॉक्स क्लिक करके उहदे च आ पीडीएफ पड़ी होगी, ठीक है। तो जल्दी ही असीं ऐलान करांगे कि न्यू बैचिज एट एज एट मास्टर क्लासिज पटियाला ऑफलाइन होणगे, ऑनलाइन होणगे, लाइव होणगे, की होगा वह सारा कॉन्सैप्ट, कोई भी इन्हां नूं सिर्फ डैमो क्लासां ना समझो, ये अपने आप दे विच कंप्लीट चैप्टर ने, फुल फ्लैज कंप्लीट चैप्टर ने, ये ईटीटी दे लैवल दे जिहड़े असीं पढ़ा रहे हैं। मैं ये गल कमिटमेंट कर चुके हैं कि मैथ साइंस ते एसएसटी ये सिर्फ ते सिर्फ अंग्रेजी
पंजाबी च पढ़ाई जाऊगी, इंग्लिश ते जिहड़ा बाकी विषय है जिहड़े मैथ हो गया ठीक है, इंग्लिश पंजाबी हो गया, वह तो आपां नूं बहुत ही चक्करां च पैण दी लोड़ नहीं। मैथ नूं लैके मैं क्लीयर करदा कि आपां बायलैंगुअल करांगे ठीक है। सो इस तरीके दे सवाल थोड़े पेपरां दे विच आउण लई कदे भी तैयार हो सकते हैं। सो थोड़े जे एफर्ट्स जिहड़े आ जी उहनां नूं वधाओ तां जो किसी भी प्रकार की कोई कमी पेशी लगे तो उन्होंने आपां मिल के हल कर सकीए। सो उम्मीद करते हैं कि समझ आया होगा ठीक है जी। अज्ज वास्ते इन्ना ही बहुत आ जी, धन्यवाद।